ਪਤਾ ਨੀ ਕਿਹੜੀ ਪਾਸੇ ਮੌਤ ਪਾ ਗਈ ਹੈ ਸਵਾਣੀ ਮੇਰੀ ਨੂੰ। ਹੁਣ ਤਾਈ ਕੱਪੜੇ ਨੀ ਸੁਪਰੈਸ ਕਰਕੇ ਲੈ ਆਉਂਦੇ ਪਏ, ਮੈਂ ਜਾਣਾ ਲੇਟ ਹੁੰਦੀ ਪਈ ਹੈ। ਪਤਾ ਨੀ ਮਰ ਜਾਵਣ ਵਾਲਾ ਪਿਓ ਮੇਰੇ ਗੱਲ ਕੀ ਮੁਸੀਬਤ ਪਾ ਗਿਆ। ਆ ਤੇਰੇ ਚਾਚੇ ਦੀ ਧੀ ਏ, ਤੇਰੇ ਚਾਚੇ ਦੀ ਧੀ ਏ, ਮੁਸੀਬਤਾਂ ਮੇਰੇ ਵੱਲ ਵੇਂਦੀਆਂ ਪਈਆਂ। ਬੈਠੇ ਹੋ? ਹਾਂਜੀ ਬੈਠੇ ਆ। ਕੱਪੜੇ ਕਿਦੇ ਨੇ? ਕੱਪੜਾ ਹੁਣ ਲਾਈਟ ਕੋਈ ਨਹੀਂ, ਤੁਸੀਂ ਆਕੀ ਆਇਆ ਵੀ ਇਸਤਰੀ ਕਰ ਛੱਡਿਆ ਹੈ, ਹੁਣ ਮੈਂ ਕਿਦੇ ਇਸਤਰੀ ਕਰ? ਦਿਲ ਮੇਰਾ ਪਿਆਂ ਦਾ ਦੁਕਾਨ ਦੇ ਮੋੜ ਤੇ ਸਟੀ ਵੇ, ਤੈਨੂੰ ਕੋਈ ਨਹੀਂ ਪਤਾ ਮੇਰੇ ਪਿਓ ਦੀ ਨੌਕਰੀ ਉੱਥੇ ਲੱਗੀ ਹੋਈ ਹੈ, ਉਹਨਾਂ ਦੇ ਦਫ਼ਤਰੇ ਲੱਗੀ ਹੋਈ ਹੈ। ਹੁਣ ਲਾਈਟ ਕੋਈ ਨਹੀਂ, ਮੈਂ ਦੱਸ ਕੀ ਕਰਾਂ? ਅੰਨੀ ਹੁੰਦੀ ਹੈ, ਕੱਲ ਕੋਈ ਨਾ ਲਾਈਟ, ਕੱਲ ਨਾ ਕਰ ਸਕਦੀ। ਹੈਂ? ਮੈਂ ਮਾਲ ਅੱਲੇ ਗਈਆਂ ਮਤਾ। ਨਹੀਂ ਤੂੰ ਫੋੜੇ ਮਰੰਦੀ ਰਹੀ ਹੈ। ਫੋੜੇ ਨਹੀਂ, ਗੱਲ ਤਾਂ ਸੁਣ ਲਓ ਬਹੂ ਨਾ। ਮਾਲ ਹਾਲ ਤੇਰਾ ਕੰਮ ਕੀ ਹੈ? ਦੁੱਧ ਜੂ ਇੱਥੇ ਤੋੜ ਘਰ ਆ ਜਾਂਦਾ, ਤੂੰ ਤੇ ਕੀ ਲੈਣਾ? ਮੈਂ ਵੀ ਉਹ ਮਾਝ ਇੱਕ ਉਹਦੇ ਥਣਾ ਚ ਲਉ ਅੰਦਾ ਪਿਆ। ਤੇ ਐਂ ਦੱਸਣਾ ਬਈ ਲਉ ਅੰਦਾ ਪਿਆ ਮੋੜ ਤੇ ਪਈ ਆ। ਡਾਕਟਰ ਨੂੰ ਫੋਨ ਕੋਈ ਨਹੀਂ ਕੀਤਾ? ਕੋਈ ਨਹੀਂ ਕੀਤਾ, ਉਹਨਾਂ ਆਖਿਆ ਵੀ ਉਹਨਾਂ ਨੂੰ ਆਖੋ ਫੋਨ ਕਰ ਲੈ। ਅੱਛਾ ਮੈਂ ਫੋਨ ਕਰੇਨਾ, ਨੌਲ ਚੋਰ ਆ ਕੇ ਤੇ ਦਵਾਈ ਸ਼ਵਾਈ ਦੇ ਜਾਂਦਾ। ਤੇ ਕੱਪੜੇ ਇਸਤਰੀ ਕੀਤੇ ਕਰ ਅੱਲਾ ਦੇ ਬੰਦੇ ਆ, ਨੌਕਰੀ ਪਤਾ ਹੈ ਹੀ ਪਾਕਿਸਤਾਨ ਹੈ ਕਿਤਨੇ ਬੰਦੇ ਬੇਰੋਜ਼ਗਾਰ ਹਨ। ਉਹ ਤੁਹਾਡੀ ਗੱਲ ਸਹੀ ਹੈ ਵੀ ਤੇ ਮੇਰੀ ਨੌਕਰੀ ਲੱਗੀ ਗਈ, ਰੋਜ਼ ਲੇਟ ਜਾਂਦਾ, ਰੋਜ਼ ਲੇਟ ਜਾਂਦਾ। ਯਾ ਇਤੂ ਅਗਲੇ ਚੇਂਜ ਚੱਕਰ ਸੰਗੀ ਦੇ ਵੱਡਾ ਚਾਹ ਕੇ ਵਗੈ ਸੰਦ ਵੀ ਕੰਮ ਨਹੀਂ ਸਹੀ ਕਰਦਾ। ਚਲੋ ਗਲਤੀ ਹੋ ਗਈ ਹੈ, ਮੈਂ ਕਰ ਦੇਣੀ ਹੈ ਲਾਈਟ ਆਂਦੀ। ਉਹ ਪਿਓ ਦਾ ਕਿਤੋ ਹੈ ਨਹੀਂ ਬੈਂਦਾ ਪਿਆ, ਔਰ ਗੱਲ ਬਾਤ ਤੇਰੇ ਵਾਲੀ ਬਿਲਕੁਲ ਨਹੀਂ, ਕੋਈ ਨਹੀਂ ਪਤਾ ਨਹੀਂ ਤੈਨੂੰ ਜੜਾ ਨਾ। ਪਹਿਲੇ ਨਾ ਕਰੋ, ਆਪੀ ਤਾਂ ਕੀਤਾ ਨੇ ਰਿਸ਼ਤਾ ਉਧਰ ਉਸ ਇਲਾਕਿਆਂ ਨੇ। ਗੱਲ ਤੇ ਮੈਂ ਤੈਨੂੰ ਦੱਸਾਂ, ਉਦੋਂ ਤਾਂ ਬੜੀ ਚਾਹ ਚੜੀ ਹੋਈ ਆ, ਤੈਨੂੰ ਸ਼ੁਕਰ ਹੈ ਮੇਰੀ ਤਾਂ ਸ਼ਾਦੀ ਹੁੰਦੀ ਪਈ ਹੈ, ਸ਼ੁਕਰ ਹੈ ਮੇਰੀ ਤਾਂ ਸ਼ਾਦੀ ਹੁੰਦੀ ਪਈ ਹੈ। ਬਣ ਕੇ ਵੀ ਤੁਸੀਂ ਗਾਇਆ, ਮੈਂ ਤਾਂ ਤੁਹਾਨੂੰ ਕੋਈ ਨਾ ਯਾਰ ਉਹ ਸੇਰੇ ਬਣ ਕੇ ਨਾਮ ਗਿਆ ਮੈਂ। ਮੈਨੂੰ ਕੀ ਪਤਾ ਕੁੱਲਾ ਕੋਈ ਮੇਰੇ ਮੂੰਹ ਚ ਹੋਰ ਨਿਕਲ ਜਾ ਸੀਗੇ। ਆ ਕੰਮ ਕਰ ਲਿਆ ਕਰ, ਮਿਹਰਬਾਨੀ ਕਰ। ਤੇ ਕਰਦੀ ਤਾਂ ਕੰਮ ਕਰ, ਹੋਰ ਮੈਂ ਕੀ ਕਰਦੀ ਆ? ਅੰਦਰ ਸਾੜੇ ਹੋਏ, ਅੰਦਰ ਹੀ ਸਾੜੇ ਹੋਏ, ਸਵੇਰ ਸ਼ਾਮ ਪਤਾ ਨਹੀਂ ਕਿਹੜੇ ਸੁੱਖ ਮੈਂ ਵੇਖਣੇ ਆਣ। ਸਹੀ ਹੈ, ਜੇ ਤੇ ਮੈਂ ਸੁੱਖ ਵਿਖਾਈ ਕੋਈ ਨਹੀਂ ਤੁਹਾਨੂੰ। ਹੁਣ ਵਗ ਜਾਵਾਂ ਇਸੇ ਹਾਲਤ? ਨਹੀਂ, ਕਿਉਂ ਜਾਵਣਾ? ਨਹੀਂ ਮੋੜ ਤੇਰੇ ਗੋਡੇ ਨਾਲ ਬੈਠਾ ਰਵਾਂ ਸਾਰੀ ਦਿਹਾੜੀ। ਹੈ ਉਹ ਮੇਰੇ ਪਿਓ ਦੇ ਐਨ, ਉਹ ਜਿਹੜੇ ਐਨ ਨੌਕਰ ਲੱਗੇ ਹੋਏ ਨਾ, ਉਹ ਮੈਨੂੰ ਆਖਸਨ ਸਰ ਤੁਸੀਂ ਜਦੋਂ ਤੁਹਾਡੇ ਕੱਪੜੇ ਇਸਤਰੀ ਹੋ ਜਾਵੇ ਨਾ, ਉਦੋਂ ਹੀ ਤੁਸੀਂ ਆਵਿਆ। ਅੰਜ ਕਰਨੀ ਆ ਬਈ, ਉਹ ਕੋਲਿਆਂ ਦੀ ਇਸਤਰੀ ਮੁੜਸੇ ਤੇ ਮੈਂ ਇਸਤਰੀ ਕਰ ਦੇਣੀ ਆ ਕੱਪੜੇ। ਉਹ ਅੱਗੇ ਨਹੀਂ ਹੋਈ ਹੋਈ ਆ ਕੋਲਿਆਂ ਵਾਲੀ ਮਸ਼ੀਨ ਤੇ, ਕੋਈ ਨਾ ਇਸਤਰੀ ਦਿਸਦੀ ਪਈ। ਮੈਂ ਤਾਂ ਕਿ ਸ਼ਾਤ ਲਾਈਟ ਆਈ ਜਾਵੇ। ਹਾਂ ਆਈ ਜਾਵੇ, ਅੱਗੇ ਕਰਕੇ ਦੇਣੇ ਹੁੰਦੀਆਂ ਨਾ ਕਰਕੇ ਦੇ ਛੱਡਿਆ। ਤੇ ਮੈਂ ਤੈਨੂੰ ਹੁਣ ਦੱਸਦਾ ਪਿਆ, 2 ਵਜੇ ਬਿਜਲੀ ਆ ਜਾਣੀ ਹੈ। ਮੇਰੇ 2-3 ਸੂਟ ਕਿੱਲੀ ਤੇ ਨਾ ਟੰਗੇ ਪਏ, ਤੇ ਤੈਨੂੰ ਮੈਂ ਪੱਖੇ ਨਾਲ ਜ਼ਰੂਰ ਟਾਂਗ ਛੱਡ ਸਾਂਗਿਆ, ਮੁਸੀਬਤ। ਵਾਹ ਜੀ ਵਾਹ, ਕੱਪੜੇ ਇਸਤਰੀ ਕਰਕੇ ਟੰਗੋ 3-3 ਸੂਟ, ਘਰ ਦੀ ਸਹੂਲਤਾਂ ਬਣਾ ਕੇ ਦੇਵੇਂ ਤੇ ਮੈਂ ਤੈਨੂੰ ਕੱਪੜੇ ਇਸਤਰੀ ਕਰ ਦੇਵਾਂ। ਐ ਦਿਆਲ ਜਾਂਦੀਆਂ ਜੇ ਕਸ਼ ਜਾ ਜੋੜ ਗਈ। ਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਨੇ? ਠੀਕ ਠਾਕ ਲੱਗਦਾ, ਸ਼ੁਕਰ ਹੈ। ਕੰਮ ਆਇਆ ਤੁਹਾਡੇ ਆ ਜੀ? ਕੱਪ ਗਿਓ ਦਾ ਲੈਣਾ, ਘਰ ਮਹਿਮਾਨ ਆ ਗਏ ਨੂੰ, ਤੇ ਘਰ ਸ਼ਾਇ ਕੋਈ ਨਹੀਂ ਤੇ ਉਹਨਾਂ ਨੂੰ ਕੁਛ ਬਣਾ ਦੇਣੀ। ਚਲੋ ਕੱਪ ਕਿਉਂ ਦਾ ਤਾਂ ਮੈਂ ਤੁਹਾਨੂੰ ਦੇਣੀ ਆ, ਲੇਕਿਨ ਮੈਂ ਤੁਹਾਨੂੰ ਅੱਗੇ ਕਦੀ ਨਹੀਂ ਇੱਥੇ ਡਿੱਠਾ, ਤੁਸੀਂ ਨਵੇਂ ਨਵੇਂ ਕੋਈ ਆਏ ਹੋ? ਹਾਂ ਇੱਥੇ ਗਵਾਡ ਆਇਆ ਤੁਹਾਡੇ। ਆ ਇੱਧਰ। ਹਾਂਜੀ, ਤੇ ਕਿਦੂ ਆਏ ਹੋ? ਅਸੀਂ ਇੱਥੋਂ ਆਇਆ ਬਰਖਰਦਾਰੋਂ। ਸਹੀ ਸਹੀ, ਹੋਰ ਸੁਣਾਓ? ਬਸ ਠੀਕ ਠਾਕ। ਤੇ ਕਿਤਨੇ ਜੀ ਰਹਿੰਦੇ ਹੋ ਇਹਦੇ? ਇੱਕ ਮੇਰੀ ਧੀ ਹੈ ਤੇ ਇੱਕ ਮੈਂ ਆ ਜੀ, ਦੋਵੇਂ ਮਾਵਾਂ ਦੀਆਂ ਰਹਿੰਦੀਆਂ। ਪੋਤਰ ਕੋਈ ਨੀ? ਕੋਈ ਨੀ, ਪੋਤਰ ਵੀ ਕੋਈ ਨੀ, ਤੇ ਕੰਮ ਧੰਦਾ ਵੀ ਅਜੇ ਕੋਈ ਨਵੇਂ ਨਵੇਂ ਆਏ ਆ, ਤੇ ਹਾਲੇ ਹਾਲਾਤ ਬੜੇ ਘਰ ਦੇ ਮਾੜੇ ਨੂੰ,
ਮੁੜ ਅੱਲਾ ਕਰ ਸੀ ਕਿਤੇ ਕੰਮ ਸ਼ਾਮ ਲੱਗ ਗਿਆ ਤੇ ਮੁੜ ਜਿਹੜਾ ਮੀਆਂ ਤੁਹਾਡਾ ਕੋਈ ਨੀ ਆ? ਨਹੀਂ ਮੀਆਂ ਕੋਈ ਨੀ ਮੇਰਾ। ਕਿਉਂ ਉਹ ਕਿੱਥੇ? ਫੌਤ ਹੋ ਗਏ ਨੇ। ਗਰੀਬ ਬੰਦੇ? ਹਾਂਜੀ ਗਰੀਬ ਆ। ਤੇ ਦੋ ਮਾਵਾਂ ਦੀਆਂ ਤੇ ਬੜੇ ਹਾਲਾਤ ਮਾੜੇ ਆ ਇਹਨੂੰ। ਤੇ ਮੈਂ ਇੱਥੋਂ ਨਿਕਲੀ ਆ ਬਾਹਰ, ਮੈਂ ਕਿਹਾ ਵੇਹਨੀ ਆ ਜੇ ਕੋਈ ਅਵਾਰਡ ਗਵਾਰਡ ਹੈ ਤਾਂ ਤੁਹਾਨੂੰ ਵੇਖਿਆ ਤੋਰ ਆ ਗਈ ਆ। ਮੈਂ ਕਿਹਾ ਪੁੱਛ ਕੇ ਗਿਓ ਲਾਇਆ? ਨਹੀਂ ਨਹੀਂ ਮੈਂ ਦੇਣੀ ਆ ਕਿਉਂ ਤੁਹਾਨੂੰ। ਅੱਲਾ ਮਾਫੀ ਦੇ ਤਾਂ ਨਹੀਂ ਆ ਵੀ ਅਸੀਂ ਅਮੀਰ ਬੰਦੇ ਹੋਏ ਤੇ ਤੁਸੀਂ ਗਰੀਬ, ਅਸੀਂ ਤੁਹਾਡੀ ਮਦਦ ਕੋਈ ਨੀ ਕਰਨੀ ਆ। ਅੱਲਾ ਸੋਹਣਾ ਦਿੰਦੇ ਆ ਦਿੰਦਾ ਹੈ। ਅੱਲਾ ਲਿਆ ਦਿਓ ਮੇਰੇ ਮਹਿਮਾਨ ਅਕਸਰ ਵੀ ਕਿਤੇ ਗਈ। ਚਲੋ ਲਿਆ ਦਿੰਦੀ। ਵਾਹ ਬਈ ਵਾਹ, ਗਵਾਡੀ ਤਾਂ ਚੰਗੇ ਸੋਹਣੇ ਲੱਭੇ ਨੂੰ। ਭਲਾ ਉਹਨੇ ਅੱਲਾ ਜ਼ਿੰਦਗੀ ਕਰਨੇ, ਕੋਈ ਨੇਕ ਦੇ ਮੱਥੇ ਲੱਗ ਗਏ ਆ, ਕੋਈ ਅਮੀਰ ਘਰ ਦੇ। ਅੰਮੀ ਪਤਾ ਨੀ ਕਿੱਥੇ ਚਲੀ ਗਈ ਹੈ, ਨਜ਼ਰ ਹੀ ਕੁਝ ਨਹੀਂ ਆਉਂਦੀ। ਪਤਾ ਨੀ ਕਿੱਥੇ ਜਾ ਕੇ ਬਹਿ ਗਈ ਹੈ, ਨਵੀਂ ਜਗ੍ਹਾ ਜਾਣ ਦੇ ਵੀ ਅਸਾਂ ਕਿਸੇ ਨੂੰ ਨਹੀਂ ਹੈ। ਸਮਝ ਹੀ ਨਹੀਂ ਆਉਂਦੀ ਕਿੱਧਰ ਮਾਂ ਮੇਰੀ ਚਲੀ ਗਈ ਹੈ। ਆ ਗਈ ਆ ਮੇਰਾ ਪੋਤਰਾ, ਆ ਗਈ ਆ। ਅੰਮਾ ਕਿੱਥੇ ਚਲੀ ਗਈ ਸੀ? ਮੈਂ ਇੱਥੇ ਗਈ ਆ, ਬਾਹਰ ਨਿਕਲਿਆ ਕਾਸ਼ਾ ਲੱਭਦੀ, ਘਰ ਬੈਠਿਆ ਨਹੀਂ ਲੱਭਦੀ। ਤੈਨੂੰ ਪਤਾ ਤੇ ਹੈਗਾ ਇੱਧਰ ਆ ਜਾ, ਨਵੀਂ ਜਗ੍ਹਾ ਵਾ ਤੇ ਪਤਾ ਹੀ ਨੀ ਲੱਗਦਾ ਹੈਗਾ। ਨਵੀਂ ਜਗ੍ਹਾ ਤੇ ਪੁੱਤਰ ਖਾਣਾ ਪੀਣਾ ਵੀ ਤਾਂ ਹੈ। ਬਾਹਰ ਨਿਕਲੀ ਆ ਵੀ ਵੇਖਾਂ ਜਾ ਖਾਂ ਵੀ ਤੇ ਗਿਓ ਦਾ ਨਾਂ ਕਰਕੇ ਗਈ ਆ ਗਵਾਡੀਆਂ ਨੂੰ, ਪਤਾ ਕਰਾਂ ਵੀ ਕਿਵੇਂ ਦੇ ਬੰਦੇ ਜਾਂ ਕਿਵੇਂ ਦੇ ਨਹੀਂ। ਤੋਂ ਚੋਣ ਸਵਾਦੀ ਆਈ ਆ ਸਵਾਣੀ। ਅੱਛਾ ਬੈਠੀ ਆਈ ਆ, ਖਪਦੀ ਬੈਠੀ ਆ। ਠੀਕ ਹੈ, ਘਰ ਵਾਲੇ ਨਾਲ ਲੜੀ ਬਿੜੀ ਹੈ। ਅੱਛਾ ਇਸਤਰੀ ਦਾ ਰੋਲਾ ਪਾਇਆ ਹੋਇਆ ਨੇ ਕੱਪੜਿਆਂ ਦਾ। ਅੱਛਾ ਤੇ ਉੱਤੋਂ ਮੈਂ ਗਈ ਆ, ਮੈਂ ਆਖਿਆ ਮੈਨੂੰ ਆਪੇ ਗਿਓ ਦਾ ਦੇ। ਠੀਕ ਆ। ਹਾਂ ਧਿਆਨ ਦੀ ਗਿਓ ਕਿੱਥੇ ਬੈਠੋ, ਮੈਂ ਕਿਹਾ ਤੁਹਾਡੇ ਗਵਾਡੀਆਂ ਆ। ਸਹੀ ਹੋ ਗਿਆ, ਕਿਤਨੇ ਜੀਓ। ਮੈਂ ਆਖਿਆ ਦੋ ਮਾਵਾਂ ਦੀਆਂ ਸੀ। ਹਾਂ ਤੇ ਚੋਣ ਸਵਾਦੀ ਆ ਗਿਆ, ਉਹ ਜੋ ਘਰ ਚੰਗਾ ਅੰਬੀਰਾਂ ਦਾ ਹੀ ਆਈ। ਅੱਛਾ ਹਾਂ ਚੋਣ ਅੰਬੀਰ ਇੰਨੇ ਤੇ ਬਸ ਹੀ ਪੁੱਤਰਾ ਖਾਣ ਕਿਹਨੂੰ ਸਾਥ ਕੰਮ ਹੁਣ ਹੁੰਦੇ ਨੇ ਏਡੀ ਗਰਮੀ ਦੇ ਵਿੱਚ। ਸਹੀ ਅੰਮਾ, ਗੌਲੀ ਜਿਹਾ ਮਾਵਾਂ ਦੀਆਂ ਰਲੇ ਗਿਆ ਤੇ ਕੁਛ ਜਾਨ ਜੱਕੀਆਂ ਕੋਈ ਸੈਟਿੰਗ ਸੂਟਿੰਗ ਬਣਾ ਲਈ। ਅੰਮਾ ਕਿੱਦਾਂ ਦੀ ਸੈਟਿੰਗ ਬਣਾਉਣੀ ਆ? ਕਿੱਦਾਂ ਦੀ ਪੁੱਤਰ, ਅੱਜ ਵੇਹਦੀ ਨਾ ਦੁਨੀਆਦਾਰੀ ਨੂੰ ਵੀ ਦੁਨੀਆ ਕੀ ਕਰਿੰਦੀ ਪਈ ਹੈ। ਅੱਛਾ ਉਹਨਾਂ ਨੂੰ ਜੀ ਜੀ ਕਰਨੀ ਆ, ਜੀ ਜੀ ਕਰਕੇ ਖਿਦਮਤ ਕਰਨੀ ਆ ਉਹਨਾਂ ਦੀ। ਉਹਨਾਂ ਦਾ ਚੋਣ ਬਾਈ ਜਿਹੜਾ ਹੈ ਨਾ ਵੱਡਾ ਅਫਸਰ ਕੋਈ ਲੱਗੋ ਹੈ ਦਫ਼ਤਰ ਵਿੱਚ, ਤੇ ਮੈਂ ਉਹਨੂੰ ਕੀ ਕਰਨਾ ਵੱਡੇ ਅਫਸਰ ਨੂੰ? ਨਾਲ ਕੋ ਮੇਰੀ ਦੀ ਹੋ ਕਿ ਤੈਨੂੰ ਪਤਾ ਹੀ ਨਹੀਂ ਲੱਗਦਾ ਪਿਆ ਵੀ ਕੀ ਕਰਨਾ। ਅੰਮਾ ਤੂੰ ਦੱਸੇਂਗੀ ਤੇ ਮੈਂ ਸਮਝਾਂਗੀ। ਉਹਦੇ ਨਾਲ ਕੋਈ ਸੈਟਿੰਗ ਸੂਟਿੰਗ ਬਣਾ ਲਵੀਂ ਤੇ ਆਪਣਾ ਘਰ ਚਲਾ ਹੀ ਰੱਖਾਂਗੇ। ਹੇਠ ਉੱਤੇ ਹੋ ਗਿਆ ਕਿਸੇ ਨੇ ਬਾਂਡਾ ਦੋ ਦਿੱਤਾ, ਬਹੁ ਕਰ ਮਾਰ ਦਿੱਤੀ। ਇਹਨਾਂ ਦਾ ਕੰਮ ਕਾਰ ਕੁਰ ਕੇ ਤਾਂ ਉਹਨਾਂ ਦਾ ਘਰ ਅੱਜ ਗਾ ਜਦੋਂ ਬਣਾ ਲਈ, ਮੁੜ ਅਰਸ਼ਾ ਉਦੋਂ ਲਿਆਉਣੀ ਕਰਨੀ ਸਾਥੋਂ ਕੰਮ ਹੁੰਦੇ ਨੂੰ। ਖੈਰ ਮੇਰੀ ਉਹ ਅਮੀਰ ਹੈ। ਠੀਕ ਹੋ ਗਿਆ ਮਾ, ਜਿਵੇਂ ਤੇਰੀ ਮਰਜ਼ੀ ਹੈ ਨਾ ਐਵੇਂ ਹੋਵੇਗਾ, ਤੂੰ ਟੈਨਸ਼ਨ ਨਾ ਲਵੀਂ। ਤੇ ਮੇਰੇ ਨਾਲ ਤਾਂ ਸਿਰਫ ਜਾਣਾ, ਮੈਂ ਕੋਈ ਬਾਂਡਾ ਬੁੰਡਾ ਦੋ ਲੈ ਜੇ ਬਹੁ ਕਰ, ਤੂੰ ਆਪਣਾ ਦੂਆ ਕੰਮ ਚਿੱਕੀ ਰੱਖੀ। ਠੀਕ ਹੈ ਮਾ, ਜਿਵੇਂ ਤੂੰ ਆਖੇ ਤੇਰੇ ਹੁਕਮ ਦੀ ਤਮੀਰ ਕਰਾਂਗੀ। ਤੇ ਆਪਣਾ ਪੁੱਤਰਾ ਗੁਜ਼ਾਰਾ ਵੀ ਤਾਂ ਕਰਨਾ ਹੈ ਨਾ, ਕੌਣ ਸਹੀ ਗੱਲ ਕਹਿੰਦੀ? ਕੋਈ ਨਹੀਂ ਤੇ ਤੋਂ ਇਹਨਾਂ ਹੀ ਕਦੀ ਨਹੀਂ ਗਿਆ ਘਰੂ ਕੱਲਿਆ ਕੱਢਿਆ ਵੀ ਮਾਵਾਂ ਦੀਆਂ ਰਲ ਕੇ ਗਿਆ ਤੇ ਆਪਣਾ ਉਹ ਚੋਣ ਸਵਾਣੀ ਵੀ ਗਈ ਕਿ ਨਾ। ਇਹ ਤੂੰ ਸਹੀ ਕਹਿੰਦੀ ਪਈ ਆ, ਇਦਾਂ ਹੀ ਕਰਾਂਗੇ ਗੁਜ਼ਾਰਾ ਕਰਦਾ। ਕਾਹ ਨੂੰ ਸਿਆਣੀ ਵਿਆਣੀ ਕਾਹ ਨੂੰ ਐਡੀ। ਅੱਛਾ ਹਾਂ ਚਲ ਉੱਠ ਕੇ ਫਿਰ ਮੈਂ ਹਾਂਡੀ ਰੋਟੀ ਕਰ ਲਵਾਂ ਕੇ ਲੈ ਆਈ ਆ। ਹਾਂ ਗਏ ਉਹ ਲੈ ਆਈ ਉਹਦੇ ਕੋਲ ਕਾਪੋ ਤੇ ਆਂਦੀ ਪਈ ਆ ਜਿਹੜੀ ਸ਼ਾਇਦ ਲੋੜ ਉਹਨੇ ਆ ਕੇ ਲੈ ਲਈ ਕਰੋ। ਤੇ ਤੇ ਫਿਰ ਚੰਗੀ ਗੱਲ ਹੈ, ਚੰਗੀ ਹੈ, ਬੜੀ ਚੰਗੀ ਹੈ। ਅਜੇ ਉਹਦਾ ਮੀਆਂ ਮੈਂ ਕੋਈ ਨਹੀਂ ਵੇਖਿਆ, ਉਹ ਵੀ ਮੈਂ ਵੇਖ ਲਈ ਸਨ, ਮੈਂ ਕੱਲ ਨੂੰ ਮੁੜ ਜਾਸਾਂ ਗਈਆਂ ਮਾਵਾਂ ਦੀਆਂ ਰਲ। ਠੀਕ ਹੈ ਮਾਂ। ਹਾਂ ਅੰਡੀ ਉੰਡੀ ਦਾ ਕਾਰ ਤੂੰ ਮੈਂ ਕਰਦੀ। ਆ ਮੇਰਾ ਪਿਓ ਤੇਰੀਆਂ ਖਿਦਮਤਾਂ ਕਰ ਕਰ ਕੇ ਮੈਂ ਵੀ ਹੁਣ ਥੱਕਾ ਵਦਾ। ਕੀ ਹੋ ਜਾਏ ਮੇਰਾ ਪੁੱਤਰ, ਕੀ ਗੱਲ ਕੀ ਹੈ? ਸੁੱਖ ਦੀ ਨੀਂਦ ਰਾਈ ਪਈ ਆ ਤੁਹਾਡੇ ਖਰਾਟੇ ਤੋਂ ਮੈਂ ਨੀਂਦ।
ਖਰਾਟੇ ਤੋਂ ਅੱਗੇ ਕੱਛ ਚ ਵੜ ਕੇ ਸਮਨਾ ਮੋੜਾ ਨਾ ਖਰਾਟੇ ਤੋਂ ਨੀਂਦ ਰੋ ਤੁਸੀਂ ਖਰਾਟੇ ਨਾ ਮਾਰੀ ਕਿੱਦੇ ਕਰਨਾ ਬਦਨ ਦਾਨ ਕਿਉਂ ਹੋਇਆ ਦਾਤੇ ਤੈਨੂੰ ਕੀ ਹੈ ਤੂੰ ਕਿਉਂ ਮੂੰਹ ਲੁਕਾਈ ਜਿਹੜਾ ਹੈ ਨਾ ਗਰਮੀ ਤੂੰ ਨਹੀਂ ਤੇਰੀਆਂ ਗੱਲਾਂ ਸੁਣ ਸੁਣ ਕੇ ਮੇਰਾ ਅਕਲ ਵੀ ਚੱਟ ਹੋ ਜਾਂਦਾ ਕੁਝ ਵੀ ਨਹੀਂ ਮੈਂ ਆਖਿਆ ਬਈ ਆਪੀ ਨੂੰ ਕਦੀ ਲਾਇਆ ਉਹ ਆਈ ਇੱਥੇ ਆ ਜਾਂਦੀ ਬੋਏ ਨਹੀਂ ਤਾਂ ਮੈਂ ਨਾ ਉਹ ਛੱਡ ਦਿਓ ਤਾਂ ਉਹ ਤਾਂ ਵੀ ਸਹੀ ਹੈ ਗੱਲ ਚਲੋ ਮੈਂ ਉਥਰਾ ਕਿਸੇ ਟਾਈਮ ਪੁੱਤ ਨੂੰ ਮੈਂ ਲੈ ਜਾਤਾ ਖਬਰਦਾਰ ਜੇ ਤੂੰ ਉੱਦੇ ਜਾਵਣ ਦਾ ਨਾਂ ਲਿਆ ਨਾ ਤੇਰੀਆਂ ਮੈਂ ਲੱਤਾਂ ਬੰਨ ਛੜਸਾਂ ਆਪੀ ਆਪੀ ਤੇ ਕੀ ਹੁੰਦਾ ਬਈ ਉਹ ਇੱਥੇ ਸਾਡੇ ਫੁਲਕੇ ਕਾਹ ਥੱਪਣੇ ਨੋ ਹਾਂ ਮੇਰਾ ਪੁੱਤ ਨੂੰ ਵਿਰਾ ਦੀ ਗੱਲ ਤੇਰੀ ਸੱਚੀ ਹੈ ਪਛਾਣੀ ਤਾਂ ਮੈਂ ਬੁੱਢੜਾ ਬੰਦਾ ਮਨ ਘੋੜੀਆਂ ਚਾ ਦਿੱਤੀਆਂ ਹੁੱਕਾ ਬਖਾ ਦਿੱਤਾ ਪੁੱਤਰ ਉਹ ਤੇ ਆਇਆ ਹੈ ਨਾ ਹੁੱਕਾ ਤਾਂ ਉਹ ਬਖਾ ਰਹੀ ਮੈਂ ਤਾਂ ਕੁਝ ਨਹੀਂ ਕਰਦਾ ਨਾ ਤੂੰ ਬੜਾ ਕੁਝ ਕਰੇਨਾ ਤੂੰ ਬੜਾ ਕੁਝ ਕਰੇਨਾ ਨਾ ਮੈਂ ਕਰੇਨਾ ਤਾਂ ਨਾ ਹੀ ਨਾ ਬੜਾ ਆ ਸ਼ਾਬਾਸ਼ ਸਾਨੂੰ ਪਤਾ ਜਿਹੜਾ ਮੈਂ ਵੀ ਆਪਣੇ ਹਿੱਸੇ ਦਾ ਕਰ ਲੈਨੀ ਆ ਤੂੰ ਨਾ ਡਬਾ ਗੱਲ ਕੀਤੀ ਕਰ ਮੈਂ ਚੋੜੀਆਂ ਪੜ ਛੁੱਟਦਾ ਹਾਂ ਬੈਣ ਨਾ ਕਹਿ ਗੱਲ ਇੱਕ ਰੋਟੀ ਖਾਪ ਦਿੰਦੀ ਹੈ ਇੱਕ ਸਾਰਿਆਂ ਨੂੰ ਅੱਛਾ ਲਾਡ ਪਿਆਰ ਨਾ ਕੀਤਾ ਕਰ ਮੈਨੂੰ ਅੰਦਰੂ ਜਲਨ ਹੁੰਦੀ ਹੈ ਅੱਜ ਤੋਂ ਇਹਨੂੰ ਰੋਟੀ ਦਿੱਤੀ ਨਾ ਮੈਂ ਅੱਜ ਰੋਟੀ ਕੋਈ ਨਹੀਂ ਦੇਣੀ ਐਵੇਂ ਬੈਠਾ ਰਹਾ ਪਿਓ ਦਾ ਚਮਚਾ ਕੱਚੀ ਪੱਕੀ ਇਹ ਹੁਣ ਇੱਥੇ ਹੀ ਪੱਕੀ ਹੋਈ ਪੱਕੀ ਬਣਦੀ ਹੈ ਇਹ ਪੱਕੀ ਬਣਦੀ ਹੈ ਅੱਬਾ ਤੇ ਜੇ ਸਰਮਾਨ ਪਰਨਾ ਛੜਿਆ ਵੱਡੀ ਹੋਈ ਤਾਂ ਮੋੜ ਕੀ ਕਰੇ ਸੀ ਕੁਝ ਨਹੀਂ ਆਂਦਾ ਪਿੱਛੇ ਤੋਂ ਸਾਰੇ ਹੋ ਜਾਂਦੇ ਐਵੇਂ ਪਰਨਾ ਛੱਡਣਾ ਹੀ ਓਏ ਇਹਦੇ ਵੱਟੇ ਚ ਕਈ ਲਾਇ ਕੇ ਉਸਾ ਹੈ ਓ ਮੇਰਾ ਪੁੱਤਾ ਵੀ ਤਾਂ ਪਰਨਾਮਣੀ ਦੇ ਵੱਟੇ ਜਮਣੀ ਤਾਂ ਵੀ ਤਾਂ ਪਰਨਾਮਣੀ ਹੈ ਨੂੰ ਪਹਿਲੇ ਭਾਈਨ ਪਰਨਾਮਣ ਇਹ ਕਾਲਾ ਲੱਖ ਦੀ ਲਾਨਤੇ ਜਿਹੜੀ ਜੰਮਿਆ ਉਹ ਪੋਤੜਿਆ ਲਾ ਦਾ ਲਾਂਤੀ ਐ ਉਹ ਪੋਤੜਿਆ ਲਾ ਦਾ ਲਾਂਤੀ ਉਹ ਦਾਜ ਤੈਨੂੰ ਘੁੱਟ ਕੇ ਕਿਉਂ ਨਾ ਮਾਰਿਆ ਉਹ ਹੁਣ ਮੈਨੂੰ ਬੁੱਢੀਆਂ ਆਡੀਆਂ ਨੂੰ ਜ਼ਲੀਲ ਕਰੂਗਾ ਮੇਰੀਆਂ ਨੂੰ ਕਦੀ ਮੈਨੂੰ ਤਾਂ ਅੱਬਾ ਵੇਖਿਆ ਹੈ ਵੀ ਮੈਂ ਮੋਟਾ ਰਲ ਜਾਂਦਾ ਪਿਆ ਵਾਂ ਵੇਖਿਆ ਮੈਂ ਕਿੰਨੀ ਵਾਰੀ ਨਹੀਂ ਲਾਈ ਹੋਈ ਜੇ ਜਿਲੇ ਤੂੰ ਵਗਦਾ ਲਾਂਤਾ ਨਾਲ ਮੇਰਾ ਮੂੰਹ ਬੰਨ ਛੁੜੇਨਾ ਬੈਣ ਬੈਠੀ ਨਾ ਮੇਰਾ ਪੁੱਤ ਕੋ ਚਾਹ ਦਾ ਗੋੜ ਤਾਂ ਬਣਾ ਕੇ ਦੇ ਚਾ ਬਣਾਈਂਦੀ ਆ ਉੱਠੀ ਤਿਆ ਹੁਣ ਮੋੜ ਆਖੀ ਆਪੀ ਆਲ ਜਾਵਣਾ ਆਪੀ ਆਲੋ ਇਹ ਦੀ ਸ਼ੌਕਾਂ ਦਾ ਕੀਤਾ ਹੋਇਆ ਹੈ ਇਹ ਜਾਣੇ ਤੇ ਉਹ ਜਾਣੇ ਤੇ ਸਮੜਨ ਮਿਲਣਾ ਹੀ ਕੋਈ ਨਹੀਂ ਮਿਲਣਾ ਹੀ ਕੋਈ ਨਹੀਂ ਇਸ ਕੋ ਨਹੀਂ ਬੈਣ ਇਹਨੂੰ ਤਾਂ ਮੈਂ ਮਿਲਾ ਨਹੀਂ ਕਾਇ ਨਹੀਂ ਦੇਵਾਂ ਉਹ ਤੁਹਾਡੀ ਵੱਡੀ ਭੈਣ ਹੈ ਵੱਡੀ ਭੈਣ ਹੈ ਸਾਡੇ ਆਖੇ ਲੱਗ ਕੇ ਪਰ ਨਹੀਂ ਦਾ ਨਾ ਤੇ ਹੁਣ ਤਾਂ ਬੜਾ ਸੁਖੀ ਰਵੇ ਆ ਮੈਂ ਚਾ ਕਾਇ ਨਹੀਂ ਕੋਈ ਭੈਣ ਕੋਲ ਹੀ ਜੀ ਗੱਲਾਂ ਕਰੀਂਗੇ ਤੇ ਉਹ ਮੇਰੀ ਆ ਜ਼ਬਾਨ ਪਰ ਕਾਇ ਹੈ ਕਿਹੜੀ ਗੱਲ ਹੈ ਜਿਹੜੇ ਬਿਰਾਦੀਆਂ ਕਰਨ ਲੱਗ ਗਏ ਹੋਰ ਮੈਂ ਸੱਚੀਆਂ ਕਰਨੀਆਂ ਹੀ ਆ ਬਾਏ ਤੈਨੂੰ ਲਾਪ ਚਾੜੀਆਂ ਲੈਂਦਾ ਹੀ ਤੇ ਤੂੰ ਮੇਰੀ ਦਾਨਤ ਲਾ ਕੇ ਹੱਥੇ ਚ ਫਦੈਨਾ ਐ ਵੇਦਾ ਪਿਆ ਤੂੰ ਮੈਨੂੰ ਪਰਨਾ
ਜੇ ਤੇਰਾ ਮੇਰੇ ਨਾਲ ਸਵਾਜ ਨਹੀਂ ਨਾ ਰਲਦਾ ਤੂੰ ਇਸ ਨੂੰ ਹੀ ਵਿਰਾਗ ਕਰਨਾ ਮੈਨੂੰ ਪਰਨਾ ਤੇ ਲਾਮੇ ਕਰ ਛੋੜ ਲੈ ਜਾ ਤੇ ਜੀਆ ਤਾਂ ਮੂੰ ਅਗਲੀ ਦੀਵਾਰ ਹੀ ਉਹਨਾਂ ਦੇ ਰੋਂ ਨਾ ਕਿ ਨਵਾਬ ਸਾਹਿਬ ਕੋ ਕੰਮ ਤਾਂ ਕਰੇ ਓ ਇਹੋ ਗਲੀਆਂ ਤੇ ਇਹੋ ਜਨਾਬ ਲਈ ਰਾਹ ਤੇ ਖਾੜੇ ਤੇ ਚੂਵਾਲ ਇੱਥੇ ਵਧ ਹੁੰਦਾ ਉਹ ਕਾਈ ਜ਼ਿੰਮੇਵਾਰੀ ਮੇਰੇ ਸਿਰ ਤੇ ਸੱਟੇ ਸੇ ਮੇਰਾ ਪਿਓ ਤਾਂ ਮੈਂ ਵੀ ਅਗਾ ਕੋ ਕਰਸਾ ਨਾ ਮੇਰਾ ਪੁੱਤ ਪਹਿਲੂ ਤਾਂ ਸੱਟੇ ਨਾ ਮੇਰੇ ਸੇ ਹਾਂ ਮੇਰਾ ਪਿਓ 10 ਰੁਪਏ ਮੈਂ ਕਮਾਨ ਦੇ ਹਾਂ ਉਹ ਪਹਿਲੂ ਆਏ ਸਵਾਣੀ ਵਾਲੀ ਜ਼ਿੰਮੇਵਾਰੀ ਮੈਂ ਇੱਥੇ ਸਾਥ ਕੇ ਉਹ ਸਾਥ ਕੇ ਤਾਂ ਮੈਂ ਜਾ ਜਾ ਪਿੰਦਾ ਵੱਤਾ ਜਿਵੇਂ ਅੱਜ ਮੇਰੀ ਨੋ ਕਾ ਪੰਨੀ ਮਾਰਦੀ ਆ ਉਹ ਗੀਤਾ ਕਾ ਮੇਰ ਦਾ ਖਿਆਲ ਕਦੀ ਰੱਖੇ ਛੋਕਾ ਪੰਨੀ ਮਾਰਦੀ ਆ ਬੈਣ ਕਰ ਤੋ ਕਦੀ ਕਾ ਖੇ ਲੈਂਦੀ ਹੈ ਤੇ ਸਵਾਣੀ ਕਾਣ ਕੀ ਲਿਆ ਲੈ ਉਹ ਕਰਮਾ ਵਾਲਿਆ ਖੁਸਰਿਆਂ ਨੂੰ ਵੇਖੇ ਨਾ ਮਤਿੰ ਖੁਸਰਿਆਂ ਨੂੰ ਵੇਖੇ ਐਵੇਂ ਭੌਕੀ ਰੱਖਦਾ ਭੌਕਿਆ ਨਾ ਕਰ ਕੋਈ ਨਾਲੇ ਜਿਹੜਾ ਮੋੜ ਮੋੜ ਬੈਣ ਬੈਣ ਕਰੇਂਦਾ ਹੈ ਨਾ ਜਦੋਂ ਤਾਈ ਉਹ ਇੱਥੇ ਬੈਠੀ ਆ ਨਾ ਸਾਡੇ ਘਾਰੇ ਸਾਡੀ ਜ਼ਿੰਮੇਵਾਰੀ ਆ ਉਹਨੂੰ ਕਦੀ ਬੂਹੇ ਚ ਬਾਹਰ ਲਾਤੀ ਨਾ ਹੀ ਧਰਨ ਦੀ ਵਿੰਦੀ ਹੁਣ ਉਹ ਜ਼ਿੰਮੇਵਾਰੀ ਆ ਮਨ ਸ਼ੇਰ ਦੀ ਤੇ ਉਹ ਜਾਣੇ ਤੇ ਉਹਦਾ ਕੰਮ ਜਾਣੇ ਇਹ ਤੱਕ ਦੀ ਉਹਨਾਂ ਨੇ ਕਾਸ਼ ਦਿੱਤੀ ਹੀ ਨੇ ਮੈਂ ਤਾਂ ਚਲੋ ਕਦੀ ਅੱਬਾ ਕੋਲ ਪੈਸੇ ਲੈ ਕੇ ਵੰਗਾ ਲੈ ਕੇ ਸਟੀਆਂ ਕਦੀ ਕੋਈ ਤੇ ਤਾਂ ਕਦੀ ਕਾਸ਼ ਬੈਣ ਨੂੰ ਲੈ ਕੇ ਦਿੱਤੀ ਹੈ ਤੇ ਚੋਖੇ ਮੈਨੂੰ ਦਿੰਦੇ ਰਹਿੰਦੇ ਹੋ ਅੱਬੇ ਦਿੱਤੇ ਤਾਂ ਕਦੀ 5 ਰੁਪਏ ਵੀ ਨਹੀਂ ਭਜਾ ਕੇ ਟਾਫੀਆਂ ਲੈ ਲਵੇ ਕਿੱਡੇ ਵੱਡੇ ਹੋ ਗਏ ਬੰਦਾ ਕਮਾ ਹੀ ਲੈਂਦਾ ਆਉ ਤਾਂ ਮਿਸਤਰੀ ਲੱਗੋ ਨੰਦਰਾ ਮਜ਼ਦੂਰੀ ਕਰ ਲਿਓ ਹਲਾ ਹੁਣ ਤੂੰ ਚਾਹਨਾ ਮੈਂ ਸਿਰ ਤੇ ਤਗਾਰੀਆਂ ਚਾਵਾਂ ਹੈ ਮੋੜ ਤਾਂ ਤੂੰ ਸਖਾ ਲਈ ਮੇਰੀ ਕਮਾਈ ਜੇ ਲੈ ਸ਼ਾਦੀ ਹੋਣੀ ਹੋਲੇ ਇਹ ਕਰਨਾ ਪਵਣਾ ਤੁਹਾਡੀ ਮੈਂ ਕੀ ਸ਼ਾਦੀ ਕਰਨਾ ਉਹ ਮੈਂ ਆਪ ਨੂੰ ਕਮਾਉਣਾ ਪੰਦਾ ਆਪ ਨੂੰ ਘਿਓ ਆਟਾ ਲੂਣ ਮਰਚ ਆਪ ਨੂੰ ਤੇ ਸਰ ਮੇਰਾ ਪੁੱਤ ਖਾਵਣਾ ਅੱਬਾ ਜੀ ਜੇ ਬਾਹਰ ਗਿਓ ਤੇ ਮੁੜ ਪਿੰਨੇ ਆ ਮੁੜ ਵਧੇ ਰਿਆ ਤੂੰ ਮੈਂ ਪਿੰਨ ਕੇ ਦੇਣਾ ਤੇ ਭਾਗੇ ਰੱਬਾ ਇੱਕ ਸੋਕ ਦਾ ਖਾਣਾ ਦਿਸ ਦੀ ਪਈਏ ਮੈਨੂੰ ਭੁੱਖਿਆ ਨਾ ਕਰ ਪਿਰਾ ਮੋੜ ਨਾ ਮੇਰੀ ਬੇਇੱਜ਼ਤੀ ਕੀਤੀ ਕਰੇ ਨਾ ਉਹ ਚਾਚਾ ਮਨਾਈ ਉਹ ਸੱਦਾ ਪਿਆ ਹੈ ਉਹ ਬੜਾ ਚਾਚੇ ਆ ਮੈਂ ਹੁਣ ਦੁਪਾਰੀ ਬੈਠਾ ਜੜ ਛਾਂ ਤੇ ਤੂੰ ਚਾਚਾ ਆ ਮਾਂ ਸਦੀ ਨਾ ਕਿਸੇ ਆਵਣਾ ਤਰੂੰ ਨਹੀਂ ਘਾਰੇ ਚ ਕਾ ਆਵਣਾ ਹੁੰਦਾ ਹੈ ਉਸ ਮੈਂ ਸੁਨੇਹਾ ਦਿੱਤਾ ਹੈ ਬੇ ਪਿਓ ਨੂੰ ਉਹ ਗੱਲੀ ਇੱਕ ਵਾਰੀ ਉਹ ਹਾਂ ਉਹ ਕੋਈ ਕੁੱਤਿਆਂ ਦੀਆਂ ਗੱਲਾਂ ਛੇੜੀ ਬੈਠਾ ਹੈ ਮਨ ਦਾਣਿਆਂ ਦਾ ਲੈਣਾ ਹੈ ਉਹਦੇ ਕੋਲ ਮੈਂ ਤਾਂ ਕੁੱਤਿਆਂ ਦਾ ਨਾਂ ਲੈਂਦਾ ਉਹ ਤਾਂ ਕੁੱਤਿਆਂ ਦਾ ਆਂਦਾ ਨਾ ਮੈਂ ਮਨ ਦਾਣਿਆਂ ਦਾ ਉਸ ਨੂੰ ਲੈ ਲੈਂਦਾ ਉਹਨ ਜੇ ਸਿੱਪੀ ਨਹੀਂ ਹੈ ਨਾ ਪੀਣੀ ਅੱਬੇ ਸਾਡੇ ਪੀਣਾਂ ਵਾਲੀ ਧੱਕ ਕੱਢੀ ਹੋਈ ਅੱਬਾ ਕਿਤੇ ਗਿਆ ਅੱਬੇ ਨੂੰ ਕਿਸੇ ਮਨ ਦਾਣਿਆਂ ਦੇ ਆਖਿਆ ਉਹ ਆਮਾ ਨਹੀਂ ਹਾਂ ਉਸ ਮਨ ਦਾਣਿਆਂ ਦਾ ਆਖਿਆ ਹੋਇਆ ਹੀ ਆ ਤੇ ਉਹ ਅੱਬੇ ਨੂੰ ਗਲਿਆ ਪੀ ਜਾ ਆ ਬਈ ਤੇ ਚਲੋ ਕੇ ਬਾ ਮਲਕੇ ਸੂਟ ਤੇ ਇਤਰੀ ਕਰਵੇ ਨਾ ਉਹ ਪਾ ਕੇ ਬਾ ਸਕੂਨ ਨਾਲ ਬਾ ਪਿਓਨ ਗਲੇ ਆਪ ਨਹੀਂ ਤੇ ਤਜਵੀ ਆਇਆ ਜਦੋਂ ਤਾਈ ਅੱਬਾ ਸ਼ੇਰ ਨਾਲ ਜਿੰਦਾ ਹੈ ਨਾ ਸਾਨੂੰ ਕੱਖ ਬਨ ਕੇ ਦੋ ਰਕਰਨ ਦੀ ਵੀ ਕਾਈ ਲੋੜ ਨਹੀਂ ਕਾਈ ਲੋੜ ਨਹੀਂ ਜੇ ਲੈ ਅੱਲਾ ਨੇ ਕਰੇ ਅੱਬਾ ਵਾਗ ਗਿਆ ਨਾ ਦੁਨੀਆ ਤੋਂ ਤੈਨੂੰ ਮੁੱਲ ਪਤਾ ਲੱਗ ਸੀ ਮੈਂ ਤਾਂ ਕਦੀ ਕਦੀ ਅੱਬੇ ਦਾ ਕੰਮ ਕਰਦਾ ਨਹੀਂ ਤੂੰ ਚਾਹੁੰਦਾ ਕੀ ਹੈ ਮੈਂ ਚਾਹੁੰਦਾ ਛੱਡ ਪਰਾਂ ਯਾਰ ਮੈਂ ਇਸ ਘਾਰੀ ਚੋਂ ਨਿਕਲ ਜਾਵਾਂ ਤੂੰ ਹੀ ਉਹ ਚਾਹੁੰਦਾ ਹਾਂ ਯਾ ਬਾਂਦੋਰ ਜਿਆ ਹੈ ਕਿੱਡਾ ਤੇ ਗੱਲਾਂ ਕਿਹੜੀਆਂ ਕਰੇਂਦਾ ਜਲਦੀ ਇਹ ਤੋਂ ਦੇ ਨਾਲ ਨਾ ਚਗਾਲ ਨਾ ਮਾਰ ਲਵੇ ਅੰਮਾ ਕੋਈ ਨਹੀਂ ਚਗਾਲ ਜਿਵੇਂ ਦਾ ਕੰਮ ਆਖਾਂ ਐਵੇਂ ਦਾ ਕਰੀ ਤੇ ਉਵੇਂ ਦਾ ਕਰੀ ਹਾਂ ਮੈਂ ਉਹਦੇ ਕੋਲ ਇੱਥੇ ਜੱਟ ਬਾਨੀ ਹੈ ਨਾਲੇ ਉਹਨੂੰ ਕੁਝ ਚਾਹ ਬਣ ਵਾਲੇਕਮ ਸਲਾਮ ਚਾਹ ਬਣਾਇਂਦੇ ਪਏ ਹੋ ਠੀਕ ਅੱਲਾ ਦਾ ਸ਼ੁਕਰ ਹੋਰ ਸੁਣਾਓ ਜੀ ਅੱਲਾ ਦਾ ਸ਼ੁਕਰ ਤੁਸੀਂ ਹਾਂ ਮੇਰੀ ਦੀ ਹੈ ਅੱਛਾ ਤੁਹਾਡੀ ਦੀ ਹੈ ਮਾਸ਼ਾਅੱਲਾ ਇਹ ਨਾ ਕਿ ਮੈਂ ਬਾਜੇ ਅੱਜ ਤੈਨੂੰ ਵੀ ਨਾਲ ਲੈ ਜਾਵਾਂ ਉੱਤੇ ਬਾਜੀ ਯਾਰ ਲੋ ਚਲੋ ਆ ਜਾਓ ਬੈਠੋ ਬੈਠੋ ਆਪੀ ਦੋ ਅੱਠ ਵੈਸਾ ਬਣਾ ਦੇਣੀ ਨਹੀਂ ਨਹੀਂ ਕੁਛ ਨਹੀਂ ਮੈਂ ਬਣਾ ਲੈਣੀ ਚਾਹ ਨਹੀਂ ਮੈਂ ਚਾਹ ਬਣਾਈਨੀ ਤੂੰ ਕੋ ਝਾੜੂ ਛਾੜੂ ਵੇਖ ਕੋ ਮਾਰਾਂ ਵਾਲਾ ਇਹ ਕੋ ਬੰਡਾ ਧੋਵਣ ਵਾਲਾ ਤੂੰ ਧੋ ਝਾੜੂ ਦੱਸ ਮੈਂ ਝਾੜੂ ਖੇਦੀ ਆ
ਨਹੀਂ ਨਹੀਂ ਰਹਿਣ ਤੋਂ ਮੈਂ ਫੇਰ ਲਾਂਗੀ ਤਾਂ ਬਹੁਤ ਸਹੀ ਹੁੰਦਾ ਮੈਂ ਕਰ ਲੈਣੀ ਆ ਮੈਂ ਸਾਰਾ ਘਰ ਦਾ ਕੰਮ ਕਰ ਲੈਂਦੀ ਤੁਸੀਂ ਉੱਥੇ ਬਾਬਾ ਨੇ ਮੈਂ ਚਾਹ ਬਣਾਈਨੀ ਆ ਗਰਮੀ ਨੇ ਉਹ ਨਹੀਂ ਮੈਂ ਪਕਾ ਲਵਾਂਗੀ ਤੁਸੀਂ ਬਾਬਾ ਯਾਦ ਦੇਣੀ ਆ ਕੋਈ ਤੇ ਨਹੀਂ ਮੇਰੇ ਗੁਸ਼ਾਨ ਕੱਸਾ ਪਿਆ ਹੁੰਦਾ ਅੱਲਾ ਮਾਫੀ ਦੇ ਤੁਸੀਂ ਬੱਚੇ ਅੱਗੇ ਜਾ ਕੇ ਬੈਠੋ ਅੰਦਰ ਵਗ ਜਾਓ ਪੱਖੇ ਤੇ ਆ ਜੇ ਇੱਥੇ ਬਾਣਾ ਹੈਲੋ ਜੀ ਬਾਬੋ ਅੱਲਾ ਮਾਫੀ ਦੇਵੇ ਸੀ ਕਿਸ ਵਾਸਤੇ ਆਏ ਬਹਿਣਾ ਬਿਰਾਵਾਂ ਵਾਸਤੇ ਨਹੀਂ ਤੇ ਵਦੇ ਅਮਾ ਮੈਂ ਜੜ ਫੇਰ ਲਵਾਂ ਫੇਰ ਐਲਾ ਇਹਦੇ ਵਿੱਚ ਥੋੜਾ ਪਾਣੀ ਲੈ ਪਾਣੀ ਲਾਇਆ ਥੋੜਾ ਜਿਹਾ ਚਾਜ ਪਾ ਲਈਏ ਹੋਰ ਸੁਣਾਓ ਤੁਸੀਂ ਬਸ ਠੀਕ ਠਾਕ ਹੈ ਤੁਸੀਂ ਸੁਣਾਓ ਆਪਣੇ ਮੀਆਂ ਦੀ ਬਸ ਅੱਲਾ ਦਾ ਠੀਕ ਹੈ ਹਾਂਜੀ ਠੀਕ ਕੋਈ ਨਹੀਂ ਨੌਕਰੀ ਤੋਂ ਵਾਪਸ ਆਏ ਨਹੀਂ ਅੱਜ ਆ ਜਾਣਾ ਉਹਨਾਂ ਨੇ ਅੱਛਾ ਰੋਜ਼ ਆ ਜਾਂਦੇ ਨੇ ਹਾਂਜੀ ਰੋਜ਼ ਆ ਜਾਂਦੇ ਠੀਕ ਮੀਆਂ ਮੇਰੇ ਚੰਗੇ ਨਾਲ ਵੀ ਆਖੀਏ ਅੱਲਾ ਜ਼ਿੰਦਗੀ ਕਰਨੇ ਜੀ ਆ ਤੇ ਕੋਈ ਕੰਮ ਸ਼ਾਮ ਹੋਵੇ ਤਾਂ ਦੱਸ ਛੱਡਿਆ ਕਰ ਜੱਕਣ ਦੀ ਕਾਹੀ ਨਹੀਂ ਲੋੜ ਨਹੀਂ ਨਹੀਂ ਜੱਕਣ ਦੀ ਕੋਈ ਨਹੀਂ ਉਹ ਮੈਂ ਆਪ ਹੀ ਕਰ ਲੈਣਾ ਹੁੰਦਾ ਕੰਮ ਚਲੋ ਥੋੜਾ ਮੋਟਾ ਜਿਹੜਾ ਕੋਈ ਹੋਇਆ ਹਾਂ ਨਹੀਂ ਮੇਰੀ ਧੀ ਵੀ ਹੈ ਮੈਂ ਵੀ ਆ ਸੀ ਯਾਰ ਤੇ ਸਾ ਕੰਮ ਦੀ ਕੋਈ ਨਹੀਂ ਟੈਨਸ਼ਨ ਅਸੀਂ ਇਹ ਤਾਂ ਤੁਹਾਡੇ ਗਵਾੜ ਦਾ ਹੀ ਹੋਈ ਜਾਂਦਾ ਬੜਾ ਨਹੀਂ ਹਾਂ ਬੜਾ ਅਮਾ ਬਾਦੇ ਸਾਰਾ ਨਹੀਂ ਸਾਰਾ ਪਤਲੀ ਹੋ ਜਾ ਸੀ ਤੋ ਅਕਸਨ ਕਿਵੇਂ ਦੀਆਂ ਕੰਮ ਮਾਰੀਆਂ ਸਾਡੀ ਚਾਹ ਹੋ ਜੇ ਚਾਹ ਤੂੰ ਬਣਾਨੀ ਹੈ ਪਿਆਰ ਦੀ ਸਾਰਾ ਪਾ ਦੇ ਨਹੀਂ ਵੈਸੇ ਮੈਂ ਕਿ ਥੋੜਾ ਨਾ ਹੋਵੇ ਦੁੱਧ ਦਾ ਅੱਛਾ ਅੱਛਾ ਨਹੀਂ ਥੋੜਾ ਹੁੰਦਾ ਹੈਗਾ ਕੋਈ ਵੇਖ ਲਾ ਕੋ ਕੰਮ ਜਾਂ ਹੋਰ ਹੈ ਕੋ ਕਪੜੇ ਛਪੜੇ ਇਸਤਰੀ ਕਰਨ ਵਾਲੇ ਜਾਂ ਹਾਂ ਕਮਰੇ ਚ ਜਾਤੇ ਹੋ ਤੇ ਵੇਖ ਕੇ ਨਾ ਕਪੜੇ ਤੇ ਬਰਤਨ ਬਰਤਨ ਦੋ ਤਿੰਨ ਹੁਣੇ ਨੋ ਤੁਸੀਂ ਕੌਣ ਹੋ ਅਸਾਂ ਨਾਲ ਦੇ ਹਮਸਾਇਆ ਤੇ ਬਾਜੀ ਨੇ ਰੱਖਿਆ ਸਾਨੂੰ ਕੰਮ ਕੁਮ ਕਰਵਾਉਣ ਵਾਸਤੇ ਆ ਜੀ ਦਵਾ ਬਾਜੀ ਕੰਮ ਤੇ ਰੱਖ ਲਿਆ ਤੁਹਾਨੂੰ ਨਹੀਂ ਨਾ ਕੰਮ ਕਰਵਾਉਣ ਵਾਸਤੇ ਮੈਂ ਆ ਜਾਨੀ ਹੁੰਦੀ ਆ ਅਸਾਂ ਨਾਲ ਤੇ ਨਾਲ ਹੀ ਹਮਸਾਇਆ ਆਏ ਵਾ ਅੱਛਾ ਅੱਛਾ ਐ ਨਾਲ ਜੀ ਆ ਕੌਣ ਕੌਣ ਤੁਸੀਂ ਹੋ ਮੈਂ ਤੇ ਮੇਰੀ ਅੰਮੀ ਹੁੰਦੇ ਆ ਅੱਛਾ ਜੀ ਆ ਤੇ ਬੇਗਮ ਕਿਤੇ ਗਈ ਉਹ ਕਿਚਨ ਚ ਬੈਠੇ ਨੇ ਅੱਛਾ ਕਿਚਨ ਨੇ ਬੈਠੇ ਜੀ ਆ ਮੇਰੀ ਅੰਮੀ ਦੇ ਤੁਸੀਂ ਤੇ ਇਕੱਲੇ ਕਿਵੇਂ ਰਹਿੰਦੇ ਪਏ ਮੇਰੇ ਅੱਬੂ ਨਹੀਂ ਨਾ ਹੈਗੇ ਮੇਰੇ ਅੱਬੂ ਫੋਤ ਹੋ ਚੁੱਕੇ ਨੇ ਓਹੋ ਬੜਾ ਅਫਸੋਸ ਹੋਇਆ ਸੁਣ ਕੇ ਕੋਈ ਗੱਲ ਨਹੀਂ ਅੱਲਾ ਨੇ ਤੇ ਦੂਸਰਾ ਫਿਰ ਕਿਵੇਂ ਨਿਜ਼ਾਮ ਘਰ ਤਾਂ ਚੱਲਦਾ ਚੱਲਦਾ ਬਸ ਬਾਜੀ ਨਾਲ ਕੰਮ ਕੁਮ ਕਰਵਾ ਦਿੱਤਾ ਵਾ ਤੇ ਜੋ ਜ਼ਰੂਰਤ ਹੋਵੇ ਬਾਜੀ ਕੋਲ ਲੈ ਲੋ ਲੈ ਦੀ ਸਹੀ ਜੀ ਹਾਂ ਕਿਚਨ ਵਿੱਚ ਵਦੇ ਜੀ ਹਾਂ ਚਲੋ ਠੀਕ ਹੈ ਕਰੋ ਕੰਮ ਜੀ ਇੱਕ ਕੀ ਕੰਮ ਸ਼ੁਰੂ ਕਰ ਦਿੱਤੇ ਘਰ ਵਿੱਚ ਕੀ ਆ ਕੰਮ ਅਹੀਂ ਅਗਾ ਛਾਂ ਤੇ ਆਵਾਂ ਇਹ ਚੇਰ ਕੌਣ ਆ ਜਿਹੜੀ ਅੰਦਰ ਕੰਮ ਕਰਦੀ ਵਧੀਆ ਇਹ ਤਾਂ ਨਵੇਂ ਹਮਸਾਏ ਆਏ ਹੋਏ ਨੇ ਨਵੇਂ ਹਮਸਾਏ ਤੇ ਤੋਂ ਅੰਦਰ ਆਪਣੇ ਕਮਰੇ ਹੀ ਕੰਮ ਤੇ ਉਹਨੂੰ ਲਾਇਆ ਹੈ ਗਰੀਬ ਜੇ ਬੰਦੇ ਨੇ ਅਗਲੇ ਦਿਨ ਆਇਆ ਨਹੀਂ ਕਿਉਂ ਲਾਵਣ ਹਾਂ ਮੋੜੋ ਨਾ ਆਖਿਆ ਚੀਨੀ ਬਾਜੀ ਆ ਤੋ ਤੇ ਦਿਓ ਵਿਚਾਰਿਆਂ ਦਾ ਕਮਾਨ ਆਲਾ ਕੋਈ ਸ਼ੁਰੂ ਹੋਇਆ ਤੇ ਮੋੜ ਚੀਨੀ ਤੇ ਮੋੜਾ ਗਾ ਪਤਾ ਨਹੀਂ ਕੀ ਕੀ ਹੱਥ ਫੇਰ ਜਾ ਸਕਦਾ ਗਰੀਬ ਨਹੀਂ ਫੇਰ ਦੇ ਐਡੇ ਫੇਰਾ ਨਾਲ ਗਰੀਬ ਜੀ ਹੈ ਨਾ ਉਹ ਲੈ ਜਾ ਹੈ ਨਵੇਂ ਬੰਦੇ ਨੂੰ ਆਪਣੇ ਘਰ ਦੇ ਵਿੱਚ ਥਾਂ ਦੇ ਵਿੱਚ ਪਾ ਲੇ ਤੈਨੂੰ ਪਤਾ ਹੈ ਇਹਨਾਂ ਦਾ ਪਿੱਛੂ ਮੋੜ ਪਾਣ ਦਾ ਪਤਾ ਹੈ ਕੁਝ ਨਹੀਂ ਹੁੰਦਾ ਇੰਜ ਨਾ ਕੀਤਾ ਕਰੋ ਗਰੀਬ ਬੰਦਿਆਂ ਦਾ ਅਹਿਸਾਸ ਕੀਤਾ ਕਰੋ ਠੀਕ ਹੈ ਜੀ ਅਹਿਸਾਸ ਕਰੋ ਜੀ ਹਾਂਜੀ ਕੱਲ ਨੂੰ ਮੈਨੂੰ ਹੁਲਾਮਾ ਕੋਈ ਨਾ ਦੇਵੀ ਪਈ ਤੂੰ ਤਾਂ ਅਹਿਸਾਸ ਕਰਦੀ ਪਈ ਹੈ ਤੇ ਤੈਨੂੰ ਤਾਂ ਬੜਾ ਰਹਿਮ ਆ ਗਿਆ ਹੈ ਮਾਂ ਦੀ ਤੇ ਮੇਰੇ ਉੱਤੇ ਉਲਾਮਾ ਕੱਲ ਕੋਈ ਨਾ ਦੇਵੀ ਪਈ ਐਂ ਜੋ ਹੋ ਗਿਆ ਤੇ ਐਂ ਜੋ ਹੋ ਗਿਆ ਕੋਈ ਜਾਨ ਨੁਕਸਾਨ ਹੋ ਗਿਆ ਤੇ ਮੋੜਾ ਕਿਉਂ ਨਾ ਤੇ ਐਂ ਜੋ ਹੋ ਗਿਆ ਨਹੀਂ ਨਹੀਂ ਕੋਈ ਨਹੀਂ ਕਰਦੀਆਂ ਜਾਨ ਆਪੀ ਉਹ ਕੰਮ ਨੂੰ ਲੱਗ ਜਾਣੀ ਆ ਮੈਂ ਤਾਂ ਰੋਕਦੀ ਰਹਿਣੀ ਉਹਨਾਂ ਕਾ ਬਾਜੀ ਨਹੀਂ ਅਸੀਂ ਕਰ ਦੇਣੀ ਆ ਵਿਚਾਰੇ ਕਸ਼ ਲੈ ਜਾ ਬਰ ਵੇਖ ਲਾ ਮੈਂ ਤਾਂ ਤੈਨੂੰ ਜਿਹੜਾ ਨਾ
ਕੁਝ ਆਖ ਨਹੀਂ ਸਕਦਾ ਮੁੜ। ਤੂੰ ਆਖਣਾ ਮੇਰੀ ਲੱਤ ਠੀਕ ਨਹੀਂ ਤੇ ਫਲਾਣ ਹੈ ਤੇ ਦਿਆਣ ਹੈ ਨਹੀਂ ਕੁਝ ਨਹੀਂ ਅੰਦਰ ਥੱਲੇ ਫਰਸ਼ ਤੇ ਸੱਟ ਛੱਡੀ ਜੇ ਚਾ ਕੇ ਜੇਬੇ ਮਾਰ ਗਈ ਆਈ ਤੇ ਮੁੜ ਸਮਝੀ ਬੇਈਮਾਨ ਹੀ ਨੀ ਸਹੀ ਜੇ ਤੈਨੂੰ ਲਿਆ ਕੇ ਦੇਵੇ ਤੇ ਮੁੜ ਇਮਾਨਦਾਰ ਸਹੀ ਹਾਲਾ ਸੁਬਾ ਮੈਨੂੰ ਸ਼ਾਇਦ ਛੁੱਟੀ ਮਿਲ ਜਾਵੇ ਸੁਬਾ ਨਾ ਮਿਲੇ ਪਰਸੋਂ ਮਿਲ ਜਾਣੀ ਤੇ ਵਾਗ ਜੇ ਵਿਆਹ ਜੀ ਚਲੋ ਠੀਕ ਇਤਵਾਰ ਵਾਲਾ ਤੇ ਮੈਨੂੰ ਛੁੱਟੀ ਹੁੰਦੀ ਹੈ ਤੂੰ ਵਾਗ ਜਾਵੀ ਚਲੋ ਸਹੀ ਵਾਗ ਜਾ ਸਾ ਤਿੰਨ ਕੁ ਦਿਹਾੜੇ ਰਹਿ ਆਵਾਂਗੇ ਚਲੋ ਜਾ ਮੈਂ ਉੱਤੇ ਬਕੈਣ ਦੀ ਛਾਂ ਤੇ ਜੜ ਸੌਵਾਂ ਚਲੋ ਠੀਕ ਇਹ ਜਵਾਨ ਤੇ ਮੋੜੋ ਦੇ ਕੰਮ ਸ਼ਾਮ ਕਰਨ ਗਈ ਹਾਂ ਮੀਆਂ ਵੇਖੇ ਹਾਂ ਅੰਮੀ ਉਹਦਾ ਬੰਦਾ ਆਇਆ ਸੀਗਾ ਅੱਛਾ ਉਹਦਾ ਅੱਛਾ ਉਹਦਾ ਬੰਦਾ ਤੇ ਬੜਾ ਸੋਹਣਾ ਹੀ ਆ ਹਨਾ ਹਾਂ ਮੈਂ ਤਾਂ ਜਨੋ ਵੇਖਿਆ ਮੈਂ ਦੋ ਤਰੇ ਵਾਰ ਗਈ ਹਾਂ ਆਪ ਹੀ ਬੈਠੀ ਹਾਂ ਨਹੀਂ ਤੇ ਮੈਂ ਅੰਦਰ ਕੰਮ ਕਰਨ ਦੀ ਸੀ ਤੇ ਮੈਨੂੰ ਆਇਆ ਤੇ ਮੈਨੂੰ ਪੁੱਛਿਆ ਕਹਿੰਦਾ ਤੁਸੀਂ ਕੌਣ ਹੋ ਮੈਂ ਤਾਂ ਸਾਰੀ ਗੱਲ ਦੱਸੀ ਆ ਹਲਾ ਮੈਂ ਕਿਹਾ ਸਹੀ ਤੇ ਇਦਾਂ ਵਾ ਤੇ ਫਿਰ ਉਹਨੇ ਉਹ ਕਿਵੇਂ ਮਜ਼ਦੂਰ ਜੀ ਨਾਲ ਸ਼ਾਦੀ ਕਰ ਲਈ ਆ ਹੋਂਦੇ ਆਂਦੇ ਪਈ ਆ ਮੇਰੇ ਘਰ ਵਾਲੇ ਦੇ ਨਾ ਬਤਰੀ ਲੱਗਦੀ ਹੈ ਜਿਹੜਾ ਛੋਰ ਹੈ ਨਾ ਹਾਂ ਉਹਦੇ ਚਾਚੇ ਦੀ ਦੇਈ ਹੈ ਸਹੀ ਹੋ ਗਿਆ ਉਹਦੇ ਘਰ ਦੀਆਂ ਦੀਆਂ ਘਰ ਅਗਲੇ ਵਲੇਟ ਲੈਂਦੇ ਨੋ ਸਹੀ ਹੋ ਗਿਆ ਮੈਂ ਤਾਂ ਉਹਦਾ ਬੰਦਾ ਨਹੀਂ ਵਲ ਛੋਰ ਛਾਰ ਹੈ ਹਾਂ ਸੋਹਣਾ ਬੰਦਾ ਉਹਦਾ ਚੰਗਾ ਵੀ ਬਹੁਤ ਲੱਗਦਾ ਪਿਆ ਸੀ ਮੈਨੂੰ ਚਲੋ ਪੁੱਤਰ ਚੰਗਾ ਹੈ ਨਾ ਮੁੜ ਸਾਡੇ ਨਾਲ ਵੀ ਉਹ ਕੋ ਚੰਗਾ ਹੀ ਕਰੇ ਸੀ ਗਿਆ ਤੇ ਉਹਦੀ ਵੀ ਖਿਦਮਤ ਕੀਤੀ ਅੱਗੇ ਪਿੱਛੇ ਆਉਂਦੇ ਹੋਇਆ ਜਿਸ ਟਾਈਮ ਆਉਂਦੇ ਪਾਣੀ ਦੇ ਰੋਟੀ ਦੇ ਬਾਈ ਕੱਪੜੇ ਦੋ ਦਿਨ ਇਸਤਰੀ ਕਰ ਦਿਨ ਇਸ ਤਰ੍ਹਾਂ ਕਰਕੇ ਨਾ ਬਾਈ ਨਾ ਸਾਧ ਬਾਵੀ ਮੈਂ ਤੇ ਚਲੋ ਸਾਧ ਲੈਣੀ ਆ ਨਾ ਉਹਦੇ ਕੋਲ ਬੁੱਢੀ ਦੇ ਅੱਛਾ ਤੂੰ ਬਾਈ ਸ਼ਾਇ ਕੋਈ ਨਾ ਸੱਦੀ ਠੀਕ ਅੰਮਾ ਹੁਣ ਵਾਥੇ ਚ ਕਰ ਲਵੇਂ ਤੇ ਮੁਰ ਤਾਂ ਇੱਕ ਪੁੱਤਰਾ ਕਾਸ਼ਾ ਲੱਭਦੀ ਹੈ ਠੀਕ ਅੰਮਾ ਜਿਵੇਂ ਤੂੰ ਆਖੇ ਕਿ ਉਹਵੇਂ ਹੋਵੇਗਾ ਜ਼ਲੀਲ ਹੁੰਦੀਆਂ ਵਦੀਆਂ ਕੰਮ ਧੰਦਾ ਗਾਇ ਸੁਜਾੜੇ ਲੱਭਦਾ ਕੋਈ ਨਹੀਂ ਠੀਕ ਅੰਮਾ ਚਲੋ ਉਦਾਂ ਹੀ ਆਪਣਾ ਜਨ ਲੱਗਾ ਰਿਹਾ ਤੂੰ ਖਾ ਪੀ ਕੇ ਮੌਜ ਮਾਰੀ ਠੀਕ ਅੰਮਾ ਜਿਵੇਂ ਤੂੰ ਆਖੇਗੀ ਚੱਲ ਘਰ ਚੱਲਦੇ ਆ ਚਲੋ ਸੁੱਤੇ ਪਏ ਕੁੱਤਾ ਉੱਠੀ ਗਿਆ ਕੀ ਹੋਏ ਸੁੱਤੇ ਪਏ ਹੋ ਤੇ ਹੋਰ ਕੀ ਕਰਾਂ ਮੋ ਜੱਟ ਸੋਖ ਕਰੋ ਉਹ ਮੈਂ ਤੁਹਾਨੂੰ ਦੱਸਣਾ ਆ ਮੋ ਅੱਬੂ ਨਾ ਦਾ ਇਹ ਫੋਨ ਪਿਆਂ ਦਿਆਂ ਨਾ ਕੇ ਇੱਕ ਵਾਰ ਮਿਲ ਜਾ ਮੈਂ ਤੇ ਵਗ ਜਾ ਤੇ ਮੈਂ ਚਾਰ ਦਿਹਾੜੇ ਰਹਿ ਕੇ ਆਵਾਂ ਹੈ ਜੀ ਆ ਚਾਰ ਦਿਹਾੜੇ ਜੀ ਮੈਂ ਮੰਡੀ ਵਗ ਜਾਵਾਂ ਮੋ ਨਹੀਂ ਮੰਡੀ ਕੀ ਜਾਵਣਾ ਮੇਰੀ ਨਿੱਕੀ ਭੈਣ ਨੇ ਜਿਹੜੀ ਉਹ ਦਿਨ ਪੇਪਰ ਉਹ ਭੈਣ ਆਪੀ ਚਲੋ ਚਾਰ ਦਿਹਾੜੇ ਮੇਰੇ ਕੋ ਰਹਿ ਜਾ ਕੇ ਮਤਲਬ ਜਿਹੜੇ ਦਿਨ ਤੇਰੀ ਭੈਣ ਦੇ ਪੇਪਰ ਹੋਵਣ ਉਹਨਾਂ ਤੇ ਆ ਜਾ ਸਾਨੂੰ ਮੰਡੀ ਗੱਲ ਛੱਡਿਆ ਕਰੋ ਜੀ ਓਹੋ ਮੰਡੀ ਮੋੜੂ ਦੇਈ ਕਿਉਂ ਮੰਡੀ ਕਾਲ ਦੇਵਣਾ ਅੱਲਾ ਮਾਫੀ ਦੇ ਤੇ ਮੋੜ ਹੋਰ ਕੀ ਹੈ ਮੈਂ ਕੱਪੜੇ ਕਿਵੇਂ ਕਰਨੇ ਮੈਂ ਰੋਟੀ ਕਿਵੇਂ ਖਾਵਣੀ ਹੈ ਨਾਸ਼ਤਾ ਕਿਵੇਂ ਕਰਨਾ ਇਹ ਦਸ ਚਾਰ ਦਿਨ ਮੈਂ ਕੀ ਕਰੇ ਸੰਗਿਆ ਇਹਦਾ ਵੀ ਮੈਂ ਸੋਚ ਲਿਆ ਕੀ ਸੋਚ ਲਿਆ ਮੇਰੀ ਦੂਈ ਸ਼ਾਦੀ ਕਰੂੰ ਕਿਉਂ ਮੈਂ ਤੁਹਾਡੀ ਦੂਈ ਸ਼ਾਦੀ ਕਰਨ ਦੇਣੀ ਆ ਭਲਾ ਹਲੋ ਹਾਂਜੀ ਉਹ ਨਹੀਂ ਆਪਣੀ ਸਾਦੀਆ ਅਛੇਰ ਗਵਾਂਡਾ ਨਾ ਅਗਵਾਂਡਾ ਨਹੀਂ ਆਪਣੀ ਉਹ ਹਮਸਾਨ ਉਹ ਮਾਈ ਦੀ ਛੇਰ ਜਿਹੜੀ ਜੀ 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 ਅੱਛਾ ਉਹਨੂੰ ਕੀ ਹੋਇਆ ਉਹਨੂੰ ਮੈਂ ਆਖਿਆ ਮੈਂ ਕਿ ਮੈਂ ਚੱਲਨੀ ਆ ਪੇਕਿਆਂ ਦੇ ਚਾਰ ਕੇ ਦਿਹਾੜੇ ਮੈਂ ਕਿ ਕੱਪੜੇ ਇਸਤਰੀ ਜਾਂ ਤੋ ਕੇ ਤੇ ਰੋਟੀ ਰੋਟੀ ਪਕਾ ਕੇ ਮੇਰੇ ਮੀਆਂ ਨੂੰ ਦੇ ਚੰਗੀ ਭਲੀ ਸਿਆਣੀ ਵਿਆਣੀ ਹੈ ਇਹ ਦੱਸੋ ਉਹਦੀ ਜਵਾਨ ਧੀ ਹੈ ਤੇ ਤੂੰ ਉਹ ਇੱਥੇ ਗਲੇ ਸੇ
ਮੇਰਾ ਤਾਂ ਅੱਲਾ ਮਾਫ ਕਰੇ, ਐਸਾ ਕੋਈ ਜ਼ਹਿਨ ਹੈ ਨਾ ਤੇ ਨਾ ਕੋਈ ਉਹ ਚੁਹੇਰੀ ਉਹ ਜੀ ਲੱਗਦੀ ਹੈ। ਪਰ ਵੇਖਣ ਵਾਲੇ ਕੀ ਆਖਦੇ ਬਈ, ਆਹ ਵੇਖੋ ਫਰਜ਼ਾਨਾ ਪੇਕਿਆਂ ਤੇ ਗਈ ਹੋਈ ਹੈ ਤੇ ਮਗਰੂ ਆਹ ਜਵਾਨ ਸਾਰੀ ਚੁਹੇਰ ਕਿਸੇ ਦੀ ਇੱਥੇ ਬਾਈ ਬੈਠਾ। ਕੁਝ ਨਹੀਂ ਹੁੰਦਾ, ਮੈਨੂੰ ਤੁਹਾਡੇ ਤੇ ਯਕੀਨ ਹੈ, ਤੁਹਾਡੇ ਤੇ ਯਕੀਨ ਹੈ, ਤੁਸੀਂ ਆ ਬਹਾਨੇ ਨਾ ਲਾਇਓ। ਹਾਲੇ ਓਏ ਤੈਨੂੰ ਮੇਰੇ ਤੇ ਯਕੀਨ ਹੈ, ਪਰ ਇਹ ਦੁਨੀਆ ਬੜੀ ਅਜੀਬ ਜਈ ਹੈ। ਦੁਨੀਆ ਜੋ ਵੀ ਆਂਦੀ ਰਵੇ ਨਾ ਤੁਹਾਡੇ ਬਾਰੇ, ਜਦੋਂ ਤੂੰ ਵਾਪਸ ਆਵਣਾ ਜੀ ਆ ਟੈਸਟ ਸਨ ਤੈਨੂੰ ਤੇ ਪਤਾ ਨਹੀਂ ਕੀ ਗੱਲਾਂ ਕਰੇ ਸਨ ਬੇਸਵਾਦੀ। ਮੈਂ ਦੱਸਾਂ ਮੈਨੂੰ ਕਿਤਨਾ ਉਹਨਾਂ ਦੁਨੀਆ ਅੱਗੇ ਵੀ ਪਟਿਆ। ਮੈਂ ਕੋਈ ਗੱਲ ਕੀਤੀ ਹੈ ਤੁਹਾਨੂੰ? ਠੀਕ ਹੈ, ਮੈਂ ਤਾਂ ਰੋਟੀ ਨਾਲ ਹੈ ਤੇ ਕੱਪੜਿਆਂ ਨਾਲ ਹੈ, ਇਹੋ ਦੋ ਸ਼ਾਮਾਂ ਤੁਹਾਨੂੰ ਬਾਅਦ ਇਹ ਮਿਲਦੀਆਂ ਰਵਣ ਦੇ ਸ਼ੱਕ। ਤੁਸੀਂ ਜਨਾਬ ਚਾਰ ਦਿਨ ਵਾਪਸ ਨਾ ਆਵਿਆ? ਓ ਨਹੀਂ, ਇਹ ਗੱਲ ਮੈਂ ਕਰਦਾ ਪਿਆ, ਮੈਂ ਤਾਂ ਪਹਿਚੋਂ ਦੀ ਜੇ ਬਜਾਏ 8 ਦਿਨ ਗੱਤ ਲਵਿਆ। ਉਹ ਤਾਂ ਗੱਲ ਦੋ ਸ਼ਾਮਾਂ ਤੁਹਾਨੂੰ ਚਾਹੀਦੀਆਂ ਨੇ, ਉਹ ਇਸਤਰੀ ਕੱਪੜੇ ਤੇ ਰੋਟੀ, ਪਹਿਲਾਂ ਤੂੰ ਮੁੱਢ ਹੀ ਨਾ ਆ ਜ਼ਿੰਦਗੀ ਬਾਹਰ ਇੱਥੇ ਸਵਾਂਝ ਲੈ ਜਾਂਦੀ ਹੈ ਨਾ ਤੇ ਹੁਣ ਮੁੱਢ ਵੀ ਨਾ ਆਵੀ। ਕਿਉਂ ਕਿਉਂ ਮੈਂ ਤਾਂ ਆਪਣੇ ਘਰ ਆਉਣਾ। ਮਜ਼ਾਕ ਕਰਦਾ ਪਿਆ, ਚੋਂ ਦਿਆਂ ਤੂੰ ਉੱਤੇ ਨਾ ਜ਼ਿਆਦਾ ਦੇ ਉੱਥੇ ਰਵੀ। ਚਲੋ ਠੀਕ ਹੈ, ਉਹ ਮੈਂ ਉਹਦੀ ਅੰਮੀ ਨੂੰ ਵੀ ਆਖੀ ਜਾਣੀ ਵਿੱਚ ਫੇਰ ਨੂੰ ਭੇਜੀ ਰੱਖਸੀਆਂ। ਚਲੋ ਉਹਨੂੰ ਸਮਝਾ ਛੱਡੀ ਕੱਪੜੇ ਕੁਪੜੇ ਇਸਤਰੀ ਕਰਕੇ ਚੁੱਪ ਕਰਕੇ ਵਗ ਗਈ ਕਰੇ ਤੇ ਆ ਗਈ ਕਰੇ। ਉਹਨੂੰ ਮੈਂ ਦੱਸ ਛੱਡਾਂਗੀ ਵੀ ਆ ਕੱਪੜੇ ਜਾਵੇਂ ਲੱਗਿਆ ਤੂੰ ਹੋ ਹੀ ਜਾਵੀਂ ਨਾ ਉਹਨਾਂ ਦੇ ਹਾਲ। ਜੀ ਜੀ ਮੈਂ ਉਦਾਂ ਹੀ ਜਾਵਾਂਗੀ। ਚਲੋ ਠੀਕ ਹੈ, ਆਪਣਾ ਖਿਆਲ ਰੱਖਣਾ। ਜੀ ਬਹੁ ਖਿਆਲ ਰੱਖਸਾਂ ਜੀ, ਤੁਸੀਂ ਖਿਆਲ ਰੱਖਿਆ। ਅੱਛਾ ਸ਼ਹਿਰ ਭੁਆਣਾ ਜਿੱਥੇ ਮੇਰਾ ਚੰਨ ਰਹਿੰਦਾ ਏ, ਉਹ ਲੰਤੀਆ ਇਹੋ ਜੀ ਗੱਲਾਂ ਨਾ ਕੀਤੀਆਂ ਕਰ ਮੈਂ। ਮੇਰਾ ਪੁੱਤਰੋ ਕੀ ਹਾਲ ਹੈ? ਠੀਕ ਹੈ, ਠੀਕ ਹੈ। ਵਾਹ ਵਾਹ ਜੀ ਵਾਹ ਲੱਖ ਦਿਲੋਂ ਤੂੰ ਭੈਣਾ ਤੋਂ ਪੈਸੇ ਲਵਿੰਦਰ ਕਦੇ ਲਵਿੰਦਰ ਸ਼ੇਰ ਦਾ ਕੀ ਹਾਲ ਜੀ? ਅਬੂ ਠੀਕ ਠਾਕ ਠੀਕ ਹੈ ਨਾ? ਹੁਣ ਇੱਥੇ ਜੀ ਮੇਰੇ ਕੋਲ ਰਸ ਸੀ ਕਮ ਅਜ ਕਮ ਮਹੀਨਾ। ਬਾਕੀ ਖੈਰ ਤਾਂ ਆਈ ਮੇਰੀ ਚਲ ਜਾਵੇ ਵਾਪਸ ਘਰ ਤੇਰਾ ਕੋਈ ਨੀ ਜੋੜ ਜਾ ਕਿਸੇ ਗੱਲ ਦੀ ਸਮਝ ਕਾਇ ਨੀ ਆਉਂਦੀ ਪਈ ਅੱਬਾ ਤੂੰ ਸਮਝਾ।
ਅਮਨ ਸ਼ੇਰ ਨਾਲ ਕਿਉਂ ਨਹੀਂ ਆਇਆ? ਅਮਨ ਸ਼ੇਰ ਘਰ ਹੀ ਹੈ ਤੇ ਉਹਦੀ ਨੌਕਰੀ ਦਾ ਕੰਮ ਹੈ। ਹਾਂ ਬਿਲਕੁਲ ਬਿਲਕੁਲ ਤੇ ਮੈਂ ਆਈ ਚਾਰ ਕੇ ਦਿਹਾੜੇ ਮੈਂ ਰਹਿ ਕੇ ਆਉਣਾ ਅੱਬੇ ਕੋਲ। ਮੇਰਾ ਪੁੱਤਰੋ ਚਾਰ ਦਿਹਾੜੇ ਦੀ ਤਾਂ ਕੋਈ ਨੀ, ਭਾਵੇਂ ਤੂੰ ਦੋ ਮਹੀਨੇ ਰਹੋ। ਨਹੀਂ ਨਹੀਂ ਅੱਬਾ ਮੈਂ ਤੇ ਚੋਣ ਗਿਰਾ ਕੌਣ ਪਕਾ ਕੇ ਦਿੰਦੋ? ਉਹ ਅੱਬਾ ਸਾਡੇ ਨਾਲ ਆਏ ਹੋਏ ਨਾ ਹਮਸਾਏ ਨਾਲ। ਅੱਛਾ ਉਹ ਵਿਚਾਰੇ ਗਰੀਬ ਜਿਹਾ ਹੈ ਨਾ, ਘਰ ਦਾ ਕੰਮ ਵੀ ਕਰ ਦਿੰਦੀ ਛਵੇਰ ਜਿਹੀ ਹੈ ਵਾ, ਰੋਟੀ ਰੋਟੀ ਵੀ ਕੱਪੜੇ ਛੇਰ ਜਾਈ ਹੈ ਤੂੰ ਉੱਥੋਂ ਛੋੜ ਕੇ ਆ ਗਈ ਹੈ? ਅੱਬਾ ਇਤਵਾਰ ਹੈ ਮੈਨੂੰ ਆਮਾ ਸ਼ੇਰ ਤੇ। ਭਾਈ ਵਾਹ ਮੇਰੇ ਦੀ ਧੀ ਕਹਿੰਦੀ ਮਲੰਗੀ ਦੀ ਧੀ ਹੈ, ਮਾਹੌਲ ਅੱਜ ਦਾ ਵੇਖਿਆ ਕਰ ਮੇਰਾ ਬਹੁਤ ਚੰਗੀ ਹੈ। ਦੁੱਖ ਸੁੱਖ ਹੋ ਗਿਆ ਹੋਵੇ ਤਾਂ ਇੱਕ ਗੱਲ ਭੈਣ ਤੋਂ ਪੁੱਛ ਸਕਦਾ? ਪੁੱਛ ਲੈ ਮੇਰਾ ਪੁੱਤ। ਮੇਰੀ ਭੈਣ ਉਹ ਜਿਹੜੇ ਤੁਹਾਡੇ ਗਵਾਢੀ ਆਏ ਨਾ, ਹਾਂ ਉਹ ਵੱਲ ਨੇ ਛੇਰ ਕਾਏ? ਹਾਂ ਬਸ ਰਿਸ਼ਤਾ ਮੰਗੋ ਜਾ, ਰਿਸ਼ਤਾ ਮੰਗੋ ਚੁੱਪ ਕਰੀ। ਮੈਨੂੰ ਇਹ ਦੱਸ ਮੇਰਾ ਵੀਰਾ, ਮੈਂ ਜਵਾਈਆਂ ਤੈਨੂੰ ਮਿਲਣ, ਤੂੰ ਮੈਨੂੰ ਪੁੱਛਿਆ ਮੇਰੀ ਭੈਣ ਪਾਣੀ ਪੀਤਾ ਕਿ ਕਾਈ ਨੂੰ ਪੀਤਾ? ਹਾਂ ਰਿਸ਼ਤੇ ਵਾਸਤੇ ਤੂੰ ਜਲਦੀ ਪੁੱਛਣ ਲੱਗ ਗਿਆ। ਗਰੀਬ ਚੰਗੀ ਗਰੀਬ ਤਰਸ ਕਰੇ ਨਾ ਅੱਲਾ ਤਾਲਾ ਉੱਠੀ ਬਹੁ ਕਾਸ਼ਾ ਨੂੰ ਖਵਾਓ ਤਾਂ ਸਹੀ, ਵੇਖ ਲਈ ਬੜਾ ਵਿਰਾਗ ਆਈ ਤੇਰੇ ਨਾਲ। ਕੀ ਆ ਗਿਆ ਵਿਰਾਗ? ਓਹਨੂੰ ਕੋ ਪਾਣੀ ਸ਼ਾਣੀ ਤਾਂ ਪੀਵਾ। ਬੜਾ ਘਰ ਆਏ ਗਏ ਨੂੰ ਮੈਂ ਉਹ ਵੱਡੀ ਸਾਰੀ ਨਹੀਂ ਖੈਰ ਨਾਲ ਯਾਰ ਮੈਂ ਤੰਕੀ ਉਠੀ ਖਲੋ ਤੇ ਪਾਣੀ ਦਾ ਗਿਲਾਸ ਲੈ ਜਾ। ਮੈਂ ਆਪ ਜਾ ਕੇ ਦੇ ਅੱਬਾ ਨਾ ਮੈਂ ਆਪ ਹੀ ਪੀ ਲਾਂ। ਉਹ ਨਹੀਂ ਮੇਰੀ ਜੀ ਮੈਂ ਤਾਂ ਪਾਣੀ ਪੀ ਲਾਂ। ਅੱਬਾ ਬਾਹਰ ਤੇ ਸੌਣ ਦੇ, ਪੈਰਾਂ ਤਾਂ ਮਹਿੰਦੀ ਲੱਗੀ ਹੋਈ ਏ। ਅੱਬਾ ਬਾਹਰ ਜਾ ਕੇ ਤੇਰਾ ਤਾਂ ਪਾਰਾ ਮੈਂ ਹਾਂ ਤੇ ਹੀ ਚੜਦਾ ਹੈ, ਪਤਾ ਨਹੀਂ ਮੈਂ ਇਸ ਘਰ ਜਾਂ ਕੀ। ਹਾਂ ਲੋਏ ਅੱਬਾ ਪਤਾ ਨਹੀਂ ਆਇਆ ਤੈਨੂੰ ਕੀ ਖਵਾਇਆ ਹੋਇਆ ਇਹ ਤੈਨੂੰ ਕੀ ਖਵਾਇਆ? ਉਹ ਕੁੱਤੇ ਖਾ ਖਾਦੇ ਹੋਣ ਜਾਂ ਜੰਦੇ ਸੱਗੀ ਗੋੜ ਚੜਨੀ ਆ ਨਾ। ਸੱਗੀ ਗੋੜ ਛੋੜਨੀ ਆ ਮੰਜੀ ਸੱਚ ਆਪੇ ਉਠਾਈ ਪਿਆ ਜਦੋਂ ਮੈਂ ਇਹ ਹਾਲਾਤ ਆ ਗਏ ਤਾਂ ਮੈਂ ਜੀ ਕੋਲ ਵਗ ਜਾ। ਤੇਰੀ ਯਾਦ ਜਿਤਨੇ ਦੇ ਤੇਰਾ ਦਿਲ ਕਰੇ ਤੂੰ ਇੱਥੇ ਰਹੋ, ਤੇਰਾ ਆਪਣਾ ਘਰ ਹੈ, ਇੱਥੇ ਜੰਮੀ ਪਲੀ ਤੇ ਐਡੀ ਹੋਈ ਹੈ।
ਇੱਜ਼ਤ ਕਰਦਾ ਹੈ ਉਹ ਮੈਨੂੰ ਟੱਕਰ ਜਾਵੇ ਨਾ ਤੇ ਮੈਨੂੰ ਤਲੀਆਂ ਤੇ ਚਾਈ ਵਧਾਉਂਦਾ ਗੁੰਡੀਓ ਨੇ ਰੱਖੀ ਵੇਖ ਲਾ ਆਪਾਂ ਵਾਅਦੇ ਦੀਆਂ ਗੱਲਾਂ ਕਰਦਾ ਪਿਆ ਮੇਰੇ ਮੇਰਾ ਪੁੱਤ ਮੈਂ ਕਾਸ਼ਾ ਲਾਇਆ ਨਾ ਪਕਾਵਣ ਦੀ ਤੇ ਇਹ ਭੈਣ ਇਹ ਕਿਉਂਕਿ ਪੈਸੇ ਲੁਕਾਈਂਦੇ ਨੇ ਦੋਵੇਂ ਜਿਹੜਾ ਅਮਨ ਸ਼ੇਰ ਤੇਰਾ ਬਣਵਾਈਆ ਹੈ ਨਾ ਓਹਨੂੰ ਛੇਰੀ ਦਾ ਵੀ ਠਰੁਕ ਸ਼ਰੁਕ ਆਈ ਤੇ ਤੂੰ ਆ ਗਲਤ ਕਰ ਆਈ ਜਿਹੜਾ ਓਹਨੂੰ ਘਰ ਕੱਲੀ ਤੈਨੂੰ ਮੈਂ ਪਿਆਰ ਨੀ ਆਦਾ ਬਾਰੇ ਕੋ ਗਾਲ ਨਾ ਪੇ ਕਰ ਫਿਰ ਤੂੰ ਗੱਲਾਂ ਉਹਦੇ ਬਾ ਠਰੋ ਕਈ ਠਰੋ ਕੁੰਦਾ ਨੇ ਮੈਨੂੰ ਰੱਖਣਾ ਹੈ ਹਾਂ ਕੰਨੇ ਤਾਂ ਦਿੱਤੀ ਕਿ ਹੋ ਜੀ ਯਾਰ ਮੈਨੂੰ ਤਾਂ ਫੇਰ ਵੀ ਅੱਲਾ ਸਾਈ ਕੋਈ ਨਾ ਕੋਈ ਨੁਕਸ ਲਾਇਆ ਫੇਰ ਵੀ ਉਸਨੇ ਘਰ ਰੱਖਿਆ ਹੋਇਆ ਤੇ ਫੇਰ ਤੂੰ ਆ ਪਿਆ ਨਾ ਉਹਨੂੰ ਠਰਾ ਕੇ ਹੈ ਮੇਰੇ ਪਿਓ ਦੀ ਤੋਬਾ ਅੱਜ ਤੋਂ ਪਿੱਛੇ ਮੈਂ ਤੈਨੂੰ ਵੀ ਕਾਈ ਗੱਲ ਨਾ ਕਰੇ ਤਾਂ ਕਿਵੇਂ ਉਹਦੇ ਨਾਲ ਸ਼ਾਦੀ ਕਰ ਲਈ ਉਹ ਤੇ ਪੈਰ ਤੋਂ ਮਜ਼ਦੂਰ ਵੀ ਹੈ ਮੈਨੂੰ ਪਤਾ ਹੈ ਮੇਰੇ ਨਾਲ ਉਮਰ ਵਿੱਚ ਵੀ ਜ਼ਿਆਦਾ ਹੈ ਸਾਰਾ ਕੁਝ ਹੈ ਹਾਂਜੀ ਲੇਕਿਨ ਇਨਸਾਨ ਕੰਪਰੋਮਾਈਜ਼ ਕਰ ਜਾਂਦਾ ਹੈ ਜੀ ਹਾਂ ਉਸ ਟਾਈਮ ਮੈਂ ਇਸ ਉਮਰ ਵਿੱਚ ਸ਼ਾਮ ਕੇ ਪਿਓ ਤੋਂ ਅਗਾਂ ਕਦਮ ਨਾ ਚਾ ਸਕਦਾ ਨਾਲੇ ਅੱਬੂ ਬਿਮਾਰ ਜਾਇਆ ਉਸ ਆਖਿਆ ਮੇਰੀ ਬਤਰੀ ਹੈ ਮੇਰਾ ਪੁੱਤਰ ਸਾਰੀ ਜ਼ਿੰਦਗੀ ਉਸ ਬੂਹੇ ਤੇ ਬੈਠੇ ਰਹਿ ਜਾਣੇ ਠੀਕ ਛੇ ਸੱਤ ਘਰ ਐਸੇ ਆਇਆ ਰਿਸ਼ਤੇ ਵਾਸਤੇ ਤੇ ਉਹਨਾਂ ਜਵਾਬ ਦੇ ਛੱਡਿਆ ਵੇ ਅਸਾਂ ਕੋਈ ਨਹੀਂ ਲੈਣੀ ਸਹੀ ਆਪਾਂ ਆ ਜਾਣਾ ਪੈਰ ਲਾ ਕੇ ਹਾਂਜੀ ਮੈਂ ਪਤਾ ਮੈਨੂੰ ਵੇਖਿਆ ਮੈਂ ਹੁਣ ਮੈਂ ਵੀ ਕਰ ਲਿਆ ਮੈਂ ਅੱਖ ਜਿਹੜਾ ਦੂਈ ਸ਼ਾਦੀ ਦੇ ਬਾਰੇ ਐਵੇਂ ਕਦੀ ਕਦੀ ਸੋਚਦਾ ਹਾਂ ਤੇ ਕੀ ਖਿਆਲ ਸ਼ਾਇਦ ਕਰਨੀ ਪੈ ਜਾਵੇ ਅੱਛਾ ਸਹੀ ਦੋ ਦਿਨ ਰਹਿ ਗਏ ਨਾ ਆਉਂਦੇ ਆਵਣ ਚ ਅਸਲਾਮ ਅਲੈਕੁਮ ਅਮਨ ਸ਼ੇਰ ਕੀ ਹਾਲ ਹੈ ਸਲਾਮ ਕੀ ਹਾਲ ਹੈ ਓ ਯਾਰ ਸਾਡੀ ਦਾੜੀ ਮੂੰਹ ਕਾ ਕੱਢਿਆ ਕੋ ਪਤਾ ਹੈ ਪਤਾ ਨਹੀਂ ਤੁਹਾਡੀ ਦਾੜ ਨੂੰ ਪਤਾ ਹੈ ਜਾਂ ਤੁਹਾਨੂੰ ਪਤਾ ਹੈ ਯਾਰ ਇਹਦੇ ਚੱਕਰ ਲਾ ਛੜਿਆ ਕਰੋ ਤਾਂ ਅਸੀਂ ਵੀ ਤਾਂ ਤੁਹਾਡੀ ਵਾਈ ਨੂੰ ਪਾਣੀ ਛਾਣੀ ਨਾ ਹੋਵੇ ਤਾਂ ਪਰ ਕੋਈ ਨਾ ਛੜੀਂਦਾ ਚਲੋ ਹੁਣ ਫੇਰ ਹਾਂ ਮਾਰੀ ਰੱਖਾਂਗੇ ਜ਼ਰੂਰ ਮੈਨੂੰ ਨਾ ਪਤਾ ਕਿਤੇ ਗਈ ਹੈ ਅੱਜ ਫਰਜ਼ਾਨਾ ਘਰ ਦੀ ਗਈ ਹੋਈ ਹੈ ਪੇਕਿਆਂ ਤੇ ਮਿਲਣ ਗਈ ਹੋਈ ਹੈ ਹਲਾ ਆਇ ਕੌਣ ਸ਼ੇਰ ਏ ਆ ਗਵਾਡੀ ਐ ਨੋ ਤੇ ਕੰਮ ਸ਼ਾਮ ਕਰਦੀ ਹੈ ਮੈਨੂੰ ਕੱਪੜੇ ਛਪੜੇ ਇਸਤਰੀ ਕਰ ਕੇ ਦਿੰਦੀ ਹੈ ਅੱਛਾ ਅੱਛਾ ਮੈਂ ਵੇਖਿਓ ਕੋਈ ਨਹੀਂ ਨਾ ਅੱਗੇ ਮੈਂ ਤਾਂ ਇਹ ਗਵਾਡ ਆਇਆ ਉਹਨਾਂ ਕੀਰੇ ਜੈ ਬੰਦੇ ਨਾ ਗਰੀਬ ਜੈ ਬੰਦੇ ਚਲੋ ਵੱਲਾ ਜ਼ਿੰਦਗੀ ਕਰਨਾ ਮੈਨੂੰ ਉਸ ਗੱਲ ਨਾ ਕਿ ਮੈਂ ਤਾਂ ਵੈਸੇ ਪੁੱਛਿਆ ਹਾਂ ਉਹ ਨਹੀਂ ਬੈਠੀ ਇਹ ਪੁੱਛਦੀ ਪਈ ਹੈ ਕੰਮ ਸ਼ਾਮ ਦੇ ਬਾਰੇ ਵੀ ਕੋਈ ਰਹਿੰਦਾ ਹੈ ਤਾਂ ਦੱਸੋ ਜਿਹੜਾ ਕਦੋਂ ਆਉਣਾ ਐਸਾ ਸੋ ਮੈਂ ਕੱਪੜੇ ਜਵਾਨ ਦੇ ਘਰ ਦੀ ਦੋ ਦੇ ਹੋ ਗਏ ਗਈ ਨੂੰ ਪਰਸੋਂ ਚਾਹੀਦਾ ਆ ਜਾਵੇ ਹਲਾ
ਉਹ ਕੱਪੜੇ ਲੈ ਆਉਣੇ ਆ ਸਿਵਾਣੇ ਆ ਘਰ ਦੀ। ਚਲੋ ਦੇ ਜਾਵੀ ਮੈਂ ਲੈ ਆਉਂਸਾ ਗਿਆ। ਮੇਰੀ ਸਵਾਣੀ ਦੱਸ ਛੱਡੇ ਰਲ ਕੇ ਜੋੜ ਕੇ ਬੈਠੇ ਹੋਇਆ, ਹੁਣ ਕੀ ਹੋਵੇਗਾ? ਕੀ ਹੋਵੇਗਾ? ਕੁਝ ਵੀ ਨੀ ਹੋਣਾ। ਕੀ ਹੋਣਾ? ਜਿਹੜਾ ਅਸਾਂ ਕਰਨਾ ਉਹ ਹੀ ਹੋਣਾ। ਮੇਰੇ ਬਾਰੇ ਕੀ ਸੋਚਿਆ ਤੁਸੀਂ? ਠੀਕ ਹੈ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਅਗਰ ਤੇਰੀ ਮਾਂ ਨੂੰ ਕੋਈ ਨਾ ਇਤਰਾਜ਼ ਹੋਵੇ, ਅੰਮੀ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਜੇ ਅੰਮੀ ਨੂੰ ਮੈਂ ਆਖਣਾ ਹੋਈ ਉਹ ਗੱਲ ਹੋ ਜਾਣੀ ਆ। ਪੱਕਾ? ਪੱਕੀ ਗੱਲ ਆ। ਮੋੜ ਇਸ ਤੋਂ ਪਹਿਲੇ ਫਰਜ਼ਾਨਾ ਆ ਜਾਵੇ ਤੇ ਉਹ ਰੋਲਾ ਪਾ ਦੇਵੇ ਤੇ ਅਸੀਂ ਹੋਰਾਂ ਪਰ ਹੋ ਜਾਵੇ ਇੱਕ ਦੂਏ ਤੋਂ, ਹਾਂ ਨਿਕਾਹ ਨਾ ਕਰ ਲਈ। ਇਹ ਤਾਂ ਬਹੁਤ ਅੱਛੀ ਗੱਲ ਹੈ। ਪੱਕੀ ਗੱਲ? ਪੱਕੀ ਗੱਲ ਹੈ। ਤਿਆਰ ਹੈ? ਤੇ ਮਾਂ ਨੂੰ? ਅੰਮਾ ਨੇ, ਮੈਂ ਖੁਦ ਗੱਲ ਕਰਾਂਗੀ। ਲੈ ਖੁਦ ਗੱਲ ਕਰ ਲਓ। ਕਰ ਲਾਂਗੀ। ਕੀ ਬਾਤ ਹੈ, ਬੜੇ ਵੱਡੇ ਜਿਗਰੇ ਨਾ ਹੈ, ਪਿਆਰ ਜੋ ਕਰਦੀ ਹੈ ਦਿਲ ਨਾਲ। ਵੈਸੇ ਅਚਾਨਕ ਕਦੀ ਜ਼ਿੰਦਗੀ ਦੇ ਵਿੱਚ ਸੋਚਿਆ ਹਾਂ ਕਿ ਤੁਸੀਂ ਮੇਰੇ ਗਵਾੜ ਆ ਕੇ ਰਸੋ, ਮੁੜ ਸਾਡੇ ਘਰ ਆ ਕੇ ਕੰਮ ਕਰਸੋ, ਮੁੜ ਕੰਮ ਕਰਦੇ ਕਰਦੇ ਇਸ ਘਰ ਦੇ ਮਾਲਕ ਬਣ ਜਾਸੋ? ਸੋਚਿਆ ਵੀ ਨਹੀਂ ਸੀ ਕਦੀ ਮੈਂ ਇਸ ਚੀਜ਼ ਦਾ, ਖਾਬ ਖਿਆਲ ਵੀ ਨਹੀਂ ਸੀਗੇ ਸਾਡੇ ਤਾਂ। ਚਲੋ ਅੰਮੀ ਦੱਸ ਛੱਡੀ ਵੀ ਐਵੇਂ ਸਮਝੀ ਵੀ ਤੇਰਾ ਪੁੱਤਰ ਹੀ ਮਿਹਰਬਾਨੀਆਂ ਨੂੰ ਆਪ ਫੌਤ ਹੋ ਗਿਆ, ਮੇਰੇ ਬਲਾਂ ਗੱਲ ਗੱਤ ਗਿਆ। ਮੇਰਾ ਤਾਂ ਜ਼ਮੀਰ ਹੀ ਨਹੀਂ ਇਜਾਜ਼ਤ ਦਿੰਦਾ ਉਹਦੇ ਕੋਲ ਜੱਟ ਪਾਉਣ ਵਾਸਤੇ। ਤੇ ਵੇਖਦਾ ਕੋਈ ਵੇਖਿਆ ਕੋਈ ਨੂੰ ਕਦੀ? ਮੈਨੂੰ ਪਤਾ ਜਦੋਂ ਵੀ ਦੇਖਿਆ ਤੁਸੀਂ ਲੜਦੇ ਹੀ ਹੁੰਦੇ, ਕਦੀ ਪਿਆਰ ਮੁਹੱਬਤ ਦੀ ਗੱਲ ਕੋਈ ਨੀ ਮੈਂ ਕਰਦੇ ਵੇਖਿਆ ਤੈਨੂੰ ਦੋਨਾਂ ਨੂੰ। ਦਿਲ ਦੀਆਂ ਖੁਸ਼ੀਆਂ ਦਿਲ ਵਿੱਚ ਰਹਿ ਗਈਆਂ। ਚਲੋ ਹੁਣ ਪੂਰੀਆਂ ਹੋਣ ਲੱਗੀਆਂ। ਹਾਂ ਇਨਸ਼ਾਅੱਲਾ। ਚਲੋ ਆਓ। ਠੀਕ ਹੈ। ਮੇਰੀ ਵੇਖ ਭੈਣ ਛੋਟੀ ਹੈ ਤੂੰ ਸਾਡੇ ਤੋਂ, ਠੀਕ ਹੈ? ਪਿਓ ਦੀ ਵੀ ਖਿਦਮਤ ਕੀਤੀ ਘਰ, ਬਿਰਾਵਾਂ ਨੂੰ ਵੀ ਕੋਈ ਖਿਦਮਤ ਦਾ ਮੌਕਾ ਦਿੱਤਾ ਘਰ। ਇਹ ਨਾ ਹੋਇਆ ਕਰ ਵੀ ਬਿਰਾਵਾਂ ਨਾਲ ਲੜਿਆ ਨਾ ਕਰ। ਕਦੋਂ ਲੜਦੀ ਆ ਆਪਸ ਵਿੱਚ? ਮੈਨੂੰ ਆਪ ਦੱਸਿਆ ਨੋਕੀਆ ਵੀ ਸਾਡੇ ਨਾਲ ਲੜਦੀ ਰਹਿੰਦੀ ਹੈ। ਸਾਡੀ ਮਾਂ ਤੇ ਉਹ ਜਿਹੜੇ ਗੁਜ਼ਰ ਗਈ ਹੈ ਸਾਡੇ ਸਿਰ ਤੇ, ਤੇ ਮਾਂ ਹੈ ਕੋਈ ਨਾ। ਤੇ ਅਗਲੇ ਘਰ ਵੀ ਜਾਵਣਾ ਹੀ, ਜਿਹੜਾ ਕੰਮ ਧੰਦਾ ਹੀ ਥਾਂ ਹੀ ਸਿੱਖਣਾ ਹੀ। ਸਿੱਖਿਆ ਹੋਇਆ ਸਿੱਖ ਵਿਰਾਸਤ ਕੀ ਆ? ਸਿੱਖਿਆ ਹੋਇਆ ਹੀ ਉਹ ਪਿਆਂ ਦਾ ਨੋਕੀ ਸਾਲਨ ਬਣਾਇਆ ਸੂ ਤੇ ਉਹ ਵਿੱਚ ਨਮਕ ਤੇਜ਼ ਪਾ ਦਿੱਤਾ ਸੂ। ਪਾਣੀ ਤਾਂ ਪੀਵਾ ਮੇਰੇ ਕੀ? ਅੱਬਾ ਕਿਧਰ ਗਿਆ ਹੋਇਆ ਹੈ? ਮੈਂ ਪੁੱਤਰ ਇੱਧਰ ਗਿਆ। ਅੱਜ ਹੋ ਨਹੀਂ ਕਿ ਤਰਾ ਦੇ ਤੋ ਕਹਿੰਦੇ ਜੀ ਆ ਬਤਰਾ ਦੇ ਹੋ ਗਨ ਮੇਰਾ ਪੁੱਤਰੋ ਉਹ ਪ੍ਰੇਮੀ ਨਹੀਂ ਪ੍ਰੇਮੀ ਜੀ ਆ ਗੁੱਲੂ ਦਾ ਪੁੱਤਰੋ ਹਾਂਜੀ ਹਾਂਜੀ ਉਸ ਮੈਨੇ ਕੀਤੀ ਇਹ ਗੱਲ ਜੀ ਤੇ ਮੈਂ ਦੀਦ ਇਸ ਤੋਂ ਪਰ ਗਲਿਆ ਜੀ ਕਿਉਂਕਿ ਉਹ ਬਾਲੜੀ ਹੈ ਮੇਰਾ ਬੱਚਾ ਜਿਹੜੀ ਤੂੰ ਛੇਰ ਬਹਾਈ ਨਾ ਹਾਂਜੀ ਜਾਂ ਉਹ ਹੈ ਜਾਂ ਕੋਈ ਵੀ ਹੈ ਜੀ ਜੀ ਘਰ ਇਕੱਲਾ ਨਹੀਂ ਛੁੜਿੰਦਾ ਮੇਰਾ ਪੁੱਤ ਅੱਬਾ ਨਹੀਂ ਉਹ ਮੈਂ ਯਕੀਨ ਮੈਨੂੰ ਵਾਸਤੇ ਆ ਵਾ ਤੈਨੂੰ ਯਕੀਨ ਹੈ ਮੈਂ ਆਂਦਾ ਪਿਆ ਪਰ ਮੇਰਾ ਪੁੱਤਰੋ ਘਰ ਤੇਰਾ ਖਰਾਬ ਹੋ ਜਾਸੀ ਨਹੀਂ ਅੱਬਾ ਕੀ ਗੱਲਾਂ ਕਰੇ ਨਾ ਵੀ ਘਰ ਖਰਾਬ ਹੋਵੇ ਸੀ ਜਿਹੜੀ ਮੈਂ ਗੱਲ ਪਿਆ ਕਰੇ ਨਾ ਪਿਓ ਤੂੰ ਮੇਰਾ ਹੈ ਤੇ ਮੈਂ ਤੇਰਾ ਪਿਓ ਨਹੀਂ ਅੱਬਾ ਤੂੰ ਮੇਰਾ ਪਿਓ ਹੈ ਮੈਂ ਮੁੜ ਜਾ ਮੈਂ ਛਵਾਰ ਨੂੰ ਸਦੇ ਨਾ ਜੀ ਆ ਮੇਰਾ ਪੁੱਤਰੋ ਉਹ ਆਂਦੇ ਨਾ ਅੱਖੀ ਤੋਂ ਕੋਈ ਪੱਟੀ ਨਾ ਬਣ ਜਾਵੇ ਸਹੀ ਮੇਰੇ ਅਖਾਣਾ ਦੀ ਸੁਰ ਕੀਤੀ ਕਰ ਜੀ ਆ ਸਮਝ ਆਈ ਚੁੱਪ ਕਰਕੇ ਘਰ ਵਗ ਜਾ ਜੀ ਘਰ ਤੇਰਾ
ਸਹੀ ਨਹੀਂ। ਸਮਝ ਆਈ? ਮੈਨੂੰ ਜਿਹੜੇ ਬੰਦੇ ਦੋ ਗੱਲਾਂ ਕੀਤੀਆਂ ਨਾ ਜੀ ਹਾਂ, ਉਹ ਮੈਨੂੰ ਉੱਥੇ ਆਰਾਮ ਹੀ ਨਹੀਂ ਆਇਆ। ਚਲੋ ਅੱਬਾ ਵਾਗ ਵਹਿਨੀ ਆ, ਮੇਰਾ ਪੁੱਤ ਮੇਰਾ ਦਿਲ ਨਹੀਂ ਆਂਦਾ ਤੂੰ ਸਾਰੀ ਜ਼ਿੰਦਗੀ ਰਹੋ, ਮੇਰਾ ਦਿਲ ਨਹੀਂ ਆਂਦਾ, ਲੇਕਿਨ ਮੈਂ ਮੁਬਸ਼ਰ ਨੂੰ ਸਦੇਨਾ ਜੀ ਹਾਂ, ਉਹ ਤਿੰਨ ਅੱਡੇ ਤੇ ਆਰਾਮ ਦਾ ਗੱਡੀ। ਚਲੋ ਠੀਕ ਹੈ ਅੱਬਾ, ਮੈਂ ਵਹਿਨੀ ਆ, ਮੁੜ ਗੱਲ ਜਾਰੀ ਕਰ ਲਾ ਜੀ ਹਾਂ, ਤੇ ਮੈਂ ਮੁਬਸ਼ਰ। ਓ ਮੁਬਸ਼ਰਾ, ਓ ਛੋਰਾ, ਓਏ ਓ ਰਾਵੇ ਨਾ, ਮੇਰਾ ਪੁੱਤ ਬਿਰਾਵਨ ਨਹੀਂ ਦੱਸਣਾ ਜੀ ਹਾਂ, ਮੈਂ ਨੌਕਰੀ ਤੇ ਜਾਵਣਾ ਹੈ, ਅੱਗੇ ਛੁੱਟੀਆਂ ਨਹਾਨ, ਛੁੱਟੀ ਉਹਦੀ ਕੈਂਸਲ ਹੋ ਗਈ, ਹੋ ਸਕਿਆ ਮੈਂ ਮੇਰਾ ਪਿਓ ਜਾਵਣਾ ਤੇ ਮੇਰੇ ਦਿਲ ਗੱਲੋ ਘਰ ਪਿੱਛੋਂ ਕੱਲਾ। ਉੱਥੇ ਜਿਹੜਾ ਤੇਰੇ ਬਾਂਹ ਮੋਟਾ ਬਣਿਆ ਹੋਇਆ ਉਹ ਕਿਤੇ ਗਈ, ਚਗਲਾ ਨਾ ਮਾਰ, ਹੋਰ ਬਾਲ ਹੋਇਆ ਨਿੱਕਾ ਜਿਹਾ, ਹਲਾ ਮੇਰਾ ਪਿਓ ਨਹੀਂ ਜਾਣਾ, ਮਾਂ ਭਾਗ ਗਈ, ਮੈਂ ਭਾਗ ਜਾਸਾਂ, ਛੋੜੇ ਨਹੀਂ, ਉਹ ਨਾ ਛੱਡੇ ਹਮ ਨਾ, ਚੱਲ ਮੋੜ ਉੱਠ ਚਲੀਏ, ਜਾ ਛੋੜ ਜੇ ਤੈਨੂੰ ਕਿਵੇਂ ਘਰ ਦੀ ਆਵੇ, ਮੈਂ ਤਾਂ ਸਿੱਧੀਆਂ ਕਰਨੀ ਆਉਂਦੀਆਂ ਨੂੰ ਆ, ਤੇ ਮੈਨੂੰ ਜਾਣਦਾ ਤੂੰ ਚੰਗਾ ਪਲਾ, ਤੇ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਕਰ, ਹੋਈਓ ਬਹਿਣ ਤੇ ਹੋਈਓ ਵੀ ਵੱਡੀ, ਤੇ ਹੋਇਆ ਤੂੰ ਮੇਰਾ ਵੀਰਾ, ਤੇ ਹੋਇਆ ਮੇਰ ਤੂੰ ਛੋਟਾ, ਗੱਲਾਂ ਥੋੜੀਆਂ ਕੀਤੀਆਂ ਕਰ, ਆਹ ਪੁੱਤਰ ਉੱਠੀ ਚਿਰੋ ਖੋਂਦਾ ਪਿਆ ਹੈ, ਇਹ ਯੂਰੋਪ ਘਰ ਵਾਲੇ ਤੇ ਗੱਤੇ ਕਾਰਖਾਨ ਜਿਹੜੇ ਇੱਥੇ ਆਕਸਾ, ਤੋ ਮੈਨੂੰ ਆਂਦਾ ਵੀ ਕੁਝ ਨਹੀਂ, ਉਹ ਲੰਤੀ, ਉਹ ਲੰਤੀ ਐਸਾ ਤੇਰੇ ਨੱਕ ਤੇ ਇੱਕ ਦੇ ਉਸ ਲੜਨਾ ਹੈ ਨਾ, ਤੋ ਬਾਹ ਬਾਹ ਕਰੇਂਦੇ ਆ ਵਤਣਾ, ਜਦੋਂ ਲੜੀ ਨਾ ਮੈਂ ਤੇਰਾ ਬੂਆ ਤੇ ਨਹੀਂ ਆਉਂਦੀ, ਆਹ ਉਹ ਬਕਵਾਸ ਨਾ ਕਰ, ਵਗ ਜਾ ਹਲਾ ਅੱਬਾ। ਅੱਛਾ ਮੇਰਾ ਪੁੱਤ, ਅੱਲਾ ਤੇਰੇ ਖੈਰੀ ਲੈ ਜਾਵੇ, ਤੇ ਮੈਂ ਫੋਨ ਕਰੇ ਸਾ, ਚੰਗੇ ਮਾਰਨ ਵਾਲੀ ਜਾਵੇ, ਤੈਨ ਵਿਤਰ ਮਾਰੇ ਤੂੰ ਮੰਜੀ ਦੇ ਹੇਠ ਪਿਆ ਰਹੇ ਹਰ ਵੇਲੇ, ਕਿਸੇ ਟਾਈਮ ਨਿੱਕੇ ਨੂੰ ਗੱਲ ਛੱਡਿਆ ਕਰ, ਛੱਡੇ ਆਵੇ ਕੁੱਤਿਆ ਉਹ ਬੇਗੈਰਾ, ਤੋਂ ਲੰਗੀ ਆ ਗੱਲ ਤੋਂ ਬੈੜੀ ਸੋਣੀ, ਇਹ ਗੱਲ ਦਾ ਨਿਰਵਾਰ ਕੱਢਣੇ ਆ, ਮੈਂ ਤੇਰੇ ਫੋਨ ਕਰੇ ਨਾ, ਆਮਾ ਮੇਰਾ ਬੇਲੀ ਹੈ ਉਸ ਦਰ ਫੋਨ ਕਰੇ ਨਾ, ਇਹ ਸਾਰੇ ਗੱਲ ਦਾ ਹੁਣ ਪਤਾ ਉਸ ਹੈਲੋ ਹਾਂਜੀ ਕਿਹੜੀ ਗੱਲ, ਜਿੱਥੇ ਕਿਸੇ ਦੀ ਜਗ੍ਹਾ ਹੋਵੇ ਉਹਨੂੰ ਉੱਥੇ ਬਿਠਾਓ, ਜਗ੍ਹਾ ਹੋਵੇ ਜੀ, ਜਗ੍ਹਾ ਮੇਰੀ ਆ ਉਧਰ, ਤੇਰੀ ਸਿਰਫ ਪੁਆਂਦੀਆਂ, ਇਹ ਤੇਰੀ ਭੋਲੇ, ਇੱਥੇ ਜਗ੍ਹਾ ਮੇਰੀ ਹੈ, ਤੈਨੂੰ ਮੈਂ ਕੰਮ ਵਾਸਤੇ ਛੱਡ ਕੇ ਗਈ ਸਾਂ, ਤੂੰ ਜ਼ਬਾਨ ਕਿਉਂ ਲੜਾਉਂਦੀ ਪਈ ਆ ਮੇਰੇ ਨਾਲ, ਤੂੰ ਮੈਨੂੰ ਕੰਮ ਵਾਸਤੇ ਛੱਡ ਕੇ ਗਈ ਸੀ, ਮੈਂ ਘਰ ਦੀ ਮਾਲਕਣ ਆ, ਉਹ ਕਿਸ ਤਰ੍ਹਾਂ ਹੋਵੇ,
ਉਹ ਕਿਵੇਂ ਤੂੰ ਮਾਲਕਣ ਬਣ ਗਈ ਆ ਘਰ ਦੀ ਨੁਕਰਾਨੀ ਤੂੰ ਨਿਕਰਾਨੀ ਤੂੰ ਮਾਲਕਣ ਮੈਂ ਅਮਰ ਸ਼ੇਰ ਦੀ ਬੇਗਮ ਆ ਓਕੇ ਸਮਝ ਆਈ ਜੀ ਸਮਝ ਦੀ ਬੇਗਮ ਓ ਕਿਦਾਂ ਉੱਠ ਹੈਲੋ ਟੈਸਟ ਨਹੀਂ ਕਰਨਾ ਇਹ ਤਨ ਮੈਂ ਆਖਿਆ ਮੈਂ ਕੀ ਨਹੀਂ ਲਾਣਾ ਮੈਂ ਤੈਨੂੰ ਕੀ ਸਮਝਾਇਆ ਮੰਜੇ ਤੋਂ ਸਮਝ ਤੈਨੂੰ ਮੈਂ ਛੋਪਾ ਨਾ ਹੁਣੀ ਬਣਾ ਛੱਡਾਂ ਕੀ ਬਾਤ ਕਰਨੀ ਕਰਦੀ ਪਈ ਆ ਉਹ ਤਾਂ ਛੱਡੇ ਛੋਪਣ ਬੋਲ ਅੱਛਾ ਦੇ ਆਪਣੇ ਆਪ ਨੂੰ ਕੰਟਰੋਲ ਚ ਰੱਖ ਕੇ ਤੂੰ ਆਪਣਾ ਹੀ ਕੰਟਰੋਲ ਚ ਕੀ ਬਕਵਾਸ ਕੱਟ ਕਰ ਮੈਂ ਆਪਣੀ ਔਕਾਤ ਵੇਖ ਚੁੱਪ ਕਰ ਤੂੰ ਇਹ ਦੇਖੋ ਜਾ ਆਪਣੀ ਔਕਾਤ ਆਪਣੀ ਕੋਲ ਰੱਖ ਜ਼ਬਾਨ ਨਾਲ ਗੱਲ ਹੁੰਦੀ ਪਈ ਆ ਜ਼ਬਾਨ ਨਾਲ ਗੱਲ ਹੁੰਦੀ ਪਈ ਆ ਇਹ ਇਹਦੀ ਹਿੰਮਤ ਕਿਵੇਂ ਹੋਈ ਤੇਰੀ ਬੀਵੀ ਆ ਤਮੀਜ਼ ਨਾਲ ਤਾਂ ਥੋੜਾ ਜਿਹਾ ਹੌਲੀ ਗੱਲ ਕਰ ਤਮੀਜ਼ ਨਾਲ ਹੀ ਆ ਕੰਜਰਾਂ ਦੇ ਘਰ ਕੀ ਸੱਚੀ ਹੈ ਸਮਝ ਆਈ ਚੁੱਪ ਕਰ ਮੈਂ ਰੋਕ ਲੈਣਾ ਇਹਨੂੰ ਚੁੱਪ ਬਸ ਹਾਂ ਭਾਈ ਕੀ ਮਸਲਾ ਤੈਨੂੰ ਉਹ ਕਹਿੰਦੀ ਮੈਂ ਮਾਮਾ ਸ਼ਹਿਰ ਦੀ ਬੀਵੀ ਆ ਤੇ ਗਾਲ ਕੱਢ ਦਿੱਤੀ ਸੋ ਤੇ ਗਾਲ ਹੀ ਹੈ ਬੀਵੀ ਹੋਣਾ ਗਾਲ ਹੈ ਤੇ ਮੋੜ ਸਭ ਤੋਂ ਵੱਡੀ ਗਾਲ ਹੀ ਤੂੰ ਹੈ ਤੇ ਮੈਂ ਤੇਰੇ ਤੇ ਇਤਬਾਰ ਕੀਤਾ ਸੀ ਤੇ ਮੈਂ ਇਤਬਾਰ ਤੇਰਾ ਕੀ ਵਿਆਹ ਛੱਡਿਆ ਹਾਂਜੀ ਕਿਵੇਂ ਇੱਕ ਨੁਕਰਾਨੀ ਨੂੰ ਤੁਸੀਂ ਮਾਲਕਣ ਬਣਾ ਛੱਡਿਆ ਮੈਂ ਤੈਨੂੰ ਵੀ ਤੇ ਮਾਲਕਣ ਇਸ ਘਰ ਦਾ ਬਣਾ ਛੱਡਿਆ ਤੇ ਮਾਲਕਣ ਤੈਨੂੰ ਕੋਈ ਨੁਕਰਾਨੀ ਨਾ ਰੱਖੇ ਤੇ ਮੈਨੂੰ ਤੁਸੀਂ ਮਾਲਕਣ ਤੇ ਬਣਾ ਛੱਡਿਆ ਤੇ ਤੁਸੀਂ ਮੇਰੇ ਕੰਨ ਪਿੱਛੇ ਮੇਰੇ ਤੇ ਇਤਬਾਰ ਗਵਾਇਆ ਹੈ ਨਾ ਤੇਰਾ ਇਤਬਾਰ ਤੇਰਾ ਲੇਬਲ ਹੈ ਇਸ ਦੀ ਬੇਗਮ ਬੇਗਮ ਬਣਨ ਦਾ ਸਮਝ ਰਹੇ ਹੋ ਹਰ ਲੇਬਲ ਹੰਦੇ ਗੱਲ ਕਰਨਾ ਸਾਡਾ ਅੱਛਾ ਹੋ ਗਿਆ ਕੀ ਮਸਲਾ ਹੈ ਤੁਹਾਨੂੰ ਸਮਝ ਨਹੀਂ ਆਉਂਦੀ ਪਈ ਬਕਵਾਸ ਕੀਤੀ ਜਾਂਦੀ ਹੋ ਇੱਕ ਦੂਜੇ ਨਾਲ ਇਹ ਮੇਰੀ ਬੀਵੀ ਹੈ ਇਹਦੇ ਨਾਲ ਮੈਂ ਨਿਕਾਹ ਕਰ ਲਿਆ ਸੁਣ ਲੈ ਅਗਰ ਰਾਣੀ ਇਸ ਘਰ ਦੇ ਵਿੱਚ ਤੇ ਇੱਜ਼ਤ ਨਾਲ ਰਹਿ ਸਕਦੀ ਹੈ ਨਹੀਂ ਤਾਂ ਦਫਾ ਹੋ ਜਾ ਵਾਹ ਜੀ ਵਾਹ ਕਹਿੰਦਾ ਨਹੀਂ ਔਰਤ ਬਾਹਰ ਨਿਕਲੇ ਮਰਦ ਔਰਤਾਂ ਲਿਆ ਕੇ ਘਰ ਮੰਜੀਆਂ ਤੇ ਚਾੜ ਬੰਦਨ ਇਹ ਉਹ ਮਰਦਾਂ ਵਿੱਚੋਂ ਐਨ ਕਿਹੜੇ ਮਰਦਾਂ ਵਿੱਚੋਂ ਐਨ ਉਹ ਜਿਹੜੇ ਮੈਂ ਕੋ ਗੁਨਾਹ ਕਰ ਲਿਆ ਨਿਕਾਹ ਹੀ ਕਰ ਲਿਆ ਗੁਨਾਹ ਹੀ ਹੈ ਨਾ ਆਪ ਹੀ ਨਾ ਨਿਗਾਹ ਰੇ ਲੈ ਕੇ ਆਂਦੀਆਂ ਤੇ ਲਿਆਂਦੀਆਂ ਮੈਂ ਤੁਹਾਨੂੰ ਇਹ ਤਾਂ ਨਹੀਂ ਆਖਿਆ ਤੁਸੀਂ ਨਿਕਾਹ ਕਰੋ ਜਦੋਂ ਤੂੰ ਉਹਨੂੰ ਸਾਹ ਵੀ ਨਹੀਂ ਸਕਦੀ ਤੇ ਤੇਰਾ ਲੇਵਲ ਹੈ ਉਹਦੀ ਬੇਗਮ ਬਣਨ ਦਾ ਇਹ ਚੱਲ ਚਲੋ ਨਾ ਬੈਠ ਕੇ ਬਕਵਾਸ ਬੰਦ ਕਰ ਆਪਣੇ ਬਕਵਾਸ ਬੰਦ ਕਰ ਦੋ ਮੰਡੀ ਆਈ ਮੈਂ ਬੇਗਮ ਬਣਨਾ ਮੇਰੇ ਕੋਲ ਜ਼ਰੂਰਤ ਕੋਈ ਨਹੀਂ ਰਹਿ ਗਈ ਜਿਵੇਂ ਤੂੰ ਬੇਗਮ ਹੈ ਐਵੇਂ ਉਹ ਵੀ ਮੇਰੀ ਬੇਗਮ ਹੈ ਤੇ ਬਾਤ ਤਮੀਜ਼ ਜ਼ਿਕਰ ਹੈ ਤਾਂ ਮੈਂ ਤੂੰ ਬੁਰਾ ਕੋਈ ਨਾ ਹੋਸੇ ਜੇ ਮੈਂ ਕਹਾਂਗੀ ਉਹ ਇਸ ਘਰ ਚ ਹੋਵੇਗਾ ਇਹ ਜਾ ਆਪਣੇ ਆਰਡਰ ਆਪਣੇ ਕੋਲ ਰੱਖ ਖੱਪੀ ਜਾਂਦੀ ਹੈ ਤਮਾਸ਼ਾ ਬਣਾਈ ਜਾਂਦੀ ਹੈ ਹੁਣ ਅਗਰ ਗੱਲ ਕੀਤੀ ਆਈ ਨਾ ਤੇ ਇੱਥੇ ਹੀ ਇਸ ਮੌਕੇ ਤੇ ਤਲਾਕ ਦੇ ਕੇ ਤੈਨੂੰ ਅਈ ਤੂੰ ਬਾਹਰ ਕੱਢ ਚੜਸਾ ਕਰੋ ਨਹੀਂ ਆ ਮਸ਼ਰ ਤਲਾਕ ਦਾ ਨਾਂ ਨਾ ਲੈ ਤਲਾਕ ਇਹ ਮੈਨੂੰ ਆਪ ਨੂੰ ਸਜ਼ਾ ਮਿਲੀ ਹੈ ਜਿਹੜੀ ਸਜ਼ਾ ਮਿਲੀ ਹੈ ਤਾਂ ਭੁਗੇ ਤਾਂ ਕਹਿੰਦੇ ਨਹੀਂ ਕਿਸੇ ਨੂੰ ਨੌਕਰ ਬਣਾ ਕੇ ਕਿਸੇ ਨੂੰ ਨਾ ਘਰ ਵੜ ਨਹੀਂ ਤਾਂ ਘਰ ਸਮਾਲ ਜਾਂਦੀਆਂ ਸਮਾਲ ਜਾਂਦੀਆਂ